ਟੌਪਿਕ ਤੇ ਗੱਲਬਾਤ ਕਰਨ ਦਾ ਤੇ ਅੱਜ ਦਾ ਟੌਪਿਕ ਹੈਗਾ ਫੂਡ ਖਾਣ ਜਿਸ ਦੇ ਲਈ ਆਪਾਂ ਕਹਿ ਲਓ ਕਿ ਸਾਰਾ ਆਪਣਾ ਜੀਵਨ ਵਧੀਆ ਖਾਣ ਦੇ ਲਈ ਸਖਤ ਮਿਹਨਤਾਂ ਕਰਦੇ ਹਾਂ ਪੈਸਾ ਕਮਾਉਂਦੇ ਹਾਂ ਅਤੇ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਖਾਈਏ ਉਹ ਵਧੀਆ ਹੋਵੇ ਪਰ ਅੱਜ ਕੱਲ੍ਹ ਦੇ ਇਸ ਬਿਜ਼ੀ ਜੀਵਨ ਦੇ ਵਿੱਚ ਜਿਸ ਨੂੰ ਕਹੀਏ ਕਿ ਆਪਾਂ ਬਹੁਤ ਜ਼ਿਆਦਾ ਬੰਦਾ ਬਿਜ਼ੀ ਹੋ ਗਿਆ ਆਪਣੇ ਕੰਮਾਂ ਕਾਰਾਂ 'ਚ ਤਾਂ ਇਹ ਜਿਹੜਾ ਜ਼ਰੂਰੀ ਅੰਗ ਸਾਡੀ ਜ਼ਿੰਦਗੀ ਦਾ ਖਾਣਾ ਫੂਡ ਉਸ ਦੇ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਉਸ ਨੂੰ ਸਿਰਫ ਇੱਕ ਢਿੱਡ ਭਰਨ ਦੇ ਲਈ ਕਿਸੇ ਚੀਜ਼ ਦੀ ਲੋੜ ਆ ਬਸ ਇਹ ਸਮਝ ਕੇ ਖਾਧਾ ਜਾ ਰਿਹਾ ਖਾਣੇ ਦੀ ਬੇਅਦਬੀ ਬਹੁਤ ਹੁੰਦੀ ਹੈ ਖਾਣਾ ਕਹਿੰਦੇ ਜੀ ਖਾਧਾ ਉਹਨਾਂ ਨਹੀਂ ਜਾਂਦਾ ਜਿੰਨਾ ਖਰਾਬ ਕੀਤਾ ਜਾਂਦਾ ਔਰ ਕੁਛ ਸੇ ਦੁਨੀਆਂ ਦੇ ਇਹੋ ਜਿਹੇ ਨੇ ਕਿ ਜਿੱਥੇ ਲੋਕ ਭੁੱਖ ਦੇ ਨਾਲ ਮਰ ਰਹੇ ਲੇਕਿਨ ਮੇਰਾ ਖਿਆਲ ਕਿ ਭੁੱਖ ਨਾਲ ਹਜੇ ਲੋਕ ਘੱਟ ਮਰਦੇ ਹੋਣਗੇ ਜ਼ਿਆਦਾ ਖਾਣ ਨਾਲ ਲੋਕ ਜ਼ਿਆਦਾ ਮਰਦੇ ਤਾਂ ਹੁਣ ਖਾਣਾ ਕੀ ਹੈ ਕਿਵੇਂ ਖਾਣਾ ਔਰ ਬਣਾਉਣਾ ਕੀ ਹੈ ਕਿਵੇਂ ਹੈ ਇਸ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਪਹਿਲੀ ਗੱਲ ਤਾਂ ਬੜੀ ਸਿੰਪਲ ਕਿ ਖਾਣ ਲਈ ਨਹੀਂ ਜਾਣਾ ਚਾਹੀਦਾ ਬਲਕਿ ਜਾਣ ਲਈ ਖਾਣਾ ਚਾਹੀਦਾ ਰਾਈਟ ਖਾਣ ਲਈ ਜਾਣ ਵਾਲੇ ਬੰਦੇ ਧਰਤੀ 'ਤੇ ਬੋਝ ਨੇ ਅਤੇ ਉਹ ਫਿਰ ਕਿਹੋ ਜਿਹਾ ਜੀਵਨ ਜਿਉਂਦੇ ਆਪਾਂ ਸਾਰੇ ਜਾਣਦੇ ਹਾਂ ਇੱਥੇ ਦੀ ਸੁਸਾਇਟੀ ਵਿੱਚ ਵੀ ਹਰ ਚੌਥਾ ਪੰਜਵਾਂ ਬੰਦਾ ਮੋਟਾਪੇ ਦਾ ਸ਼ਿਕਾਰ ਹੈ ਔਰ ਮੋਟਾਪਾ ਫਿਰ ਬਿਮਾਰੀਆਂ ਨੂੰ ਸਿੱਧੀ ਆਮਦ ਹੈ ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਖਾਣਾ ਕਿੰਨਾ ਕੁ ਚਾਹੀਦਾ ਰਾਈਟ ਖਾਣਾ ਕਿੰਨਾ ਕੁ ਚਾਹੀਦਾ ਤੁਸੀਂ ਜਦੋਂ ਕਿਤੇ ਭੁੱਖੇ ਹੋਵੋ ਔਰ ਤੁਹਾਡੇ ਕੋਲ ਖਾਣ ਲਈ ਬਹੁਤ ਥੋੜ੍ਹਾ ਜਿਹਾ ਹੋਵੇ ਮੰਨ ਲਓ ਕਿ ਸਿੰਪਲ ਇੱਕ ਦੋ ਬਿਸਕੁਟ ਨੇ ਜਾਂ ਅੱਧਾ ਕੇਲਾ ਜਾਂ ਛੋਟਾ ਜਿਹਾ ਕੋਈ ਫਰੂਟ ਹੈ ਉਸ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਉਸ ਫੂਡ ਦੇ ਉੱਤੇ ਉਸ ਭਾਵੇਂ ਉਹ ਕੁੱਕੀ ਹੋਵੇ ਬਿਸਕੁਟ ਹੋਵੇ ਜਾਂ ਕੋਈ ਫਰੂਟ ਦਾ ਟੁਕੜਾ ਹੋਵੇ ਜਾਂ ਛੋਟਾ ਜਿਹਾ ਕੋਈ ਫਰੂਟ ਹੋਵੇ ਉਸ ਨੂੰ ਧਿਆਨ ਨਾਲ ਆਪਣੇ ਹੱਥ 'ਤੇ ਰੱਖ ਕੇ ਉਸ ਵੱਲ ਦੇਖੋ ਦੇਖੋ ਕਿ ਉਹ ਜੇ ਫਰੂਟ ਆ ਤਾਂ ਕੁਦਰਤ ਨੇ ਕਿਵੇਂ ਬਣਾਇਆ ਕਿਵੇਂ ਉਹ 'ਚ ਰੰਗ ਭਰੇ ਆ ਕਿਵੇਂ ਉਸਨੂੰ ਸ਼ੇਪ ਦਿੱਤੀ ਆ ਕਿਵੇਂ ਉਹ ਉਹਦੇ ਵਿੱਚ ਰਸ ਭਰਿਆ ਰਾਈਟ ਖੱਟਾ ਮਿੱਠਾ ਕਿਵੇਂ ਕੁਦਰਤ ਬਣਾਉਂਦੀ ਹੈ ਰਾਈਟ ਫਿਰ ਉਸਦੀ ਤਾਸੀਰ ਨੂੰ ਮਹਿਸੂਸ ਕਰੋ ਠੰਡਾ ਜਾਂ ਗਰਮ ਅਤੇ ਫਿਰ ਪੂਰੀ 100% ਕੰਸਨਟ੍ਰੇਸ਼ਨ ਦੇ ਨਾਲ ਪੂਰਾ ਧਿਆਨ ਹੋਵੇ ਤੁਹਾਡਾ ਉਸ ਚੀਜ਼ ਦੇ ਉੱਪਰ ਜਿਹੜੀ ਤੁਸੀਂ ਖਾ ਰਹੇ ਹੋ ਭਾਵੇਂ ਉਹ ਥੋੜ੍ਹੀ ਜਿਹੀ ਹੈ ਰਾਈਟ 100% ਕੰਸਨਟ੍ਰੇਸ਼ਨ ਦੇ ਨਾਲ ਉਸਨੂੰ ਖਾਇਓ ਹੌਲੀ ਹੌਲੀ ਚਬਾ ਕੇ ਉਸਦੇ ਸਵਾਦ ਨੂੰ ਉਸਦੀ ਟੇਸਟ ਨੂੰ ਮਹਿਸੂਸ ਕਰਦੇ ਹੋਏ ਉਸਦੀ ਸਮੈਲ ਨੂੰ ਮਹਿਸੂਸ ਕਰਦੇ ਹੋਏ ਉਸਦੀ ਤਾਸੀਰ ਨੂੰ ਮਹਿਸੂਸ ਕਰਦੇ ਹੋਏ ਤਾਂ ਤੁਸੀਂ ਮਹਿਸੂਸ ਕਰੋਗੇ ਦੋਸਤੋ ਕਿ ਬਹੁਤ ਥੋੜ੍ਹਾ ਜਿਹਾ ਖਾਣ ਦੇ ਨਾਲ ਹੀ ਤੁਸੀਂ ਤ੍ਰਿਪਤ ਹੋ ਜਾਓਗੇ ਸੈਟਿਸਫਾਈਡ ਹੋ ਜਾਓਗੇ ਅਤੇ ਦੂਜੇ ਪਾਸੇ ਨੋਟ ਕਰੋ ਜੋ ਅੱਜ ਦੀ ਸਾਡੀ ਲਾਈਫ ਆ ਅਸੀਂ ਖਾ ਰਹੇ ਹਾਂ ਟੀਵੀ ਦੇ ਅੱਗੇ ਬੈਠ ਕੇ ਰਾਈਟ ਟੀਵੀ 'ਤੇ ਮੂਵੀ ਚੱਲ ਰਹੀ ਹੈ ਜਾਂ ਕੋਈ ਸੀਰੀਅਲ ਚੱਲ ਰਿਹਾ ਕੋਈ ਡਰਾਮਾ ਚੱਲ ਰਿਹਾ
ਜਾਂ ਜਿਵੇਂ ਕਿ ਹੁਣ ਦੇਖ ਲਓ ਤੁਸੀਂ ਕਿ ਮੇਰਾ ਫੇਸਬੁੱਕ ਤੁਸੀਂ ਮੈਨੂੰ ਦੇਖ ਰਹੇ ਅਤੇ ਤੁਸੀਂ ਇੱਕ ਵੱਡਾ ਚਿਪਸ ਦਾ ਪੈਕਟ ਲੈ ਕੇ ਬੈਠਦੇ ਹੋ ਔਰ ਉਹ ਚਿਪਸ ਦਾ ਪੈਕਟ ਕਦੋਂ ਖਤਮ ਹੋ ਜਾਂਦਾ ਪਤਾ ਵੀ ਨਹੀਂ ਲੱਗਦਾ ਰਾਈਟ ਇਸੇ ਤਰ੍ਹਾਂ ਆਪਾਂ ਥੀਏਟਰ 'ਚ ਜਾਂਦੇ ਹਾਂ ਮੂਵੀ ਦੇਖਣ ਜਾਂਦੇ ਹਾਂ ਤਾਂ ਉੱਥੇ ਪੋਪਕੋਰਨ ਦਾ ਵੱਡਾ ਬੋਰਾ ਲੈ ਲੈਂਦੇ ਹਾਂ ਅਤੇ ਉਹ ਬੋਰਾ ਕਦੋਂ ਖਤਮ ਹੋ ਜਾਂਦਾ ਉਹ ਬੈਗ ਕਦੋਂ ਖਤਮ ਹੋ ਜਾਂਦਾ ਪਤਾ ਵੀ ਨਹੀਂ ਲੱਗਦਾ ਕਿਉਂਕਿ ਸਾਡਾ ਧਿਆਨ ਖਾਣ ਵਿੱਚ ਨਹੀਂ ਹੈ ਸਾਡਾ ਧਿਆਨ ਹੈ ਟੀ ਵੀ ਵਿੱਚ ਜਾਂ ਸਕਰੀਨ 'ਤੇ ਚੱਲ ਰਹੀ ਮੂਵੀ ਦੇ ਵਿੱਚ ਰਾਈਟ ਔਰ ਬਹੁਤੇ ਲੋਕ ਤਾਂ ਮੈਂ ਦੇਖਿਆ ਕਿ ਉਹ ਡਰਾਈਵ ਕਰਦੇ ਸਟੀਅਰਿੰਗ 'ਤੇ ਬੈਠੇ ਹੀ ਖਾ ਰਹੇ ਆ ਉਹ ਖਾਣਾ ਤੁਹਾਨੂੰ ਕਿਵੇਂ ਊਰਜਾ ਦੇ ਦੂਗਾ ਕਿਵੇਂ ਐਨਰਜੀ ਦੇ ਦੂਗਾ ਇੱਕ ਗੱਲ ਯਾਦ ਰੱਖੋ ਦੋਸਤੋ ਕਿ ਬਹੁਤਾ ਖਾਣ ਨਾਲ ਸਿਰਫ ਤੁਸੀਂ ਜ਼ਿਆਦਾ ਟਾਈਮ ਟੋਇਲਟ ਸੀਟ 'ਤੇ ਬਿਤਾਓਗੇ ਹੋਰ ਕੁਛ ਨਹੀਂ ਹੋਣ ਲੱਗਿਆ ਜਿਹੜੀ ਐਨਰਜੀ ਹੈ ਤਾਂ ਥੋੜ੍ਹਾ ਖਾਣ ਨਾਲ ਹੀ ਮਿਲ ਜਾਣੀ ਹੈ ਜਿੰਨਾ ਥੋੜ੍ਹਾ ਖਾਓਗੇ ਜਿੰਨਾ ਘੱਟ ਖਾਓਗੇ ਤੁਸੀਂ ਜ਼ਿਆਦਾ ਦੇਰ ਖਾਂਦੇ ਰਹੋਗੇ ਅਤੇ ਦੂਜੇ ਪਾਸੇ ਜੇ ਗੱਲ ਕਹੀਏ ਲਓ ਜੀ ਬੰਦਾ ਆਪਣੇ ਸਵਾਸਾਂ ਦਾ ਆਪਣੇ ਖਾਣ ਪੀਣ ਦਾ ਕੋਟਾ ਲਿਖਾ ਕੇ ਆਇਆ ਪਰਮਾਤਮਾ ਵੱਲੋਂ ਤਾਂ ਉਹ ਕੋਟਾ ਵੀ ਫਿਰ ਇਹੀ ਹੈ ਕਿ ਜੇ ਥੋੜ੍ਹਾ ਖਾਵਾਂਗੇ ਤਾਂ ਜ਼ਿਆਦਾ ਦੇਰ ਖਾ ਲਾਂਗੇ ਠੀਕ ਹੈ ਨਾ ਅਤੇ ਜੇ ਜ਼ਿਆਦਾ ਖਾਵਾਂਗੇ ਤਾਂ ਛੇਤੀ ਕੋਟਾ ਖਤਮ ਹੋ ਜੂਗਾ ਫਿਰ ਆਮ ਨਾਮ ਸੱਤ ਛੇਤੀ ਹੋ ਜੂ ਸੋ ਇਹ ਚੀਜ਼ ਵੀ ਚਲੋ ਦਿਮਾਗ 'ਚ ਰੱਖ ਲਓ ਜੇ ਹੋਰ ਨਹੀਂ ਕੁਛ ਰੱਖਣਾ ਤਾਂ ਇਹੀ ਰੱਖ ਲਓ ਭਾਈ ਇਹ ਕੋਟਾ ਫਿਕਸ ਆ ਅਤੇ ਇਹਨੂੰ ਜੇ ਥੋੜ੍ਹਾ ਥੋੜ੍ਹਾ ਖਾਈਏ ਤਾਂ ਜ਼ਿਆਦਾ ਦੇਰ ਖਾ ਲਾਂਗੇ ਜ਼ਿਆਦਾ ਦੇਰ ਜਾਂਦੇ ਰਹਾਂਗੇ ਸੋ ਇਹ ਚੀਜ਼ ਆਪਣੇ ਆਪ ਨੂੰ ਤਸੱਲੀ ਦੇਣ ਲਈ ਇਹੀ ਬਹੁਤ ਆ ਅਤੇ ਥੋੜ੍ਹਾ ਖਾ ਕੇ ਤੁਸੀਂ ਸੈਟਿਸਫਾਈ ਹੋ ਜਾਓਗੇ ਗੱਲ ਇਹ ਹੈ ਕਿ ਜਦੋਂ ਵੀ ਖਾਣਾ ਜਦੋਂ ਵੀ ਕੁਛ ਖਾਣ ਬੈਠੋ ਤਾਂ ਪਹਿਲੀ ਗੱਲ ਤਾਂ ਤੁਹਾਡਾ 100% ਧਿਆਨ ਉਸ ਖਾਣੇ 'ਤੇ ਹੋਣਾ ਚਾਹੀਦਾ ਰਾਈਟ ਫਿਰ ਨਹੀਂ ਪਰਵਾਹ ਕਰਨੀ ਕੀ ਹੋ ਰਿਹਾ ਆਸੇ ਪਾਸੇ ਕੀ ਹੋ ਰਿਹਾ ਰਾਈਟ ਕੋਈ ਰੋਂਦਾ ਕੋਈ ਹੱਸਦਾ ਕੋਈ ਦੁਖੀ ਆ ਕੋਈ ਕੁਛ ਆ ਹੋਣ ਦਿਓ ਜੋ ਜੱਗ 'ਚ ਹੁੰਦਾ ਹੋਣ ਦਿਓ ਤੁਸੀਂ ਖਾਣਾ ਖਾ ਰਹੇ ਹੋ ਤੁਸੀਂ ਆਪਣੇ ਆਪ ਨੂੰ ਤ੍ਰਿਪਤ ਕਰਨ ਲਈ ਆਪਣੇ ਆਪ ਨੂੰ ਐਨਰਜੀ ਦੇਣ ਲਈ ਕੁਛ ਅੰਦਰ ਲਿਜਾ ਰਹੇ ਹੋ ਔਰ ਖਾਣਾ ਤੁਸੀਂ ਨਹੀਂ ਖਾ ਰਹੇ ਤੁਹਾਡੇ ਅੰਦਰ ਬੈਠਾ ਕੌਣ ਖਾ ਰਿਹਾ ਇਹ ਵੀ ਤੁਸੀਂ ਮਹਿਸੂਸ ਕਰ ਸਕਦੇ ਹੋ ਰਾਈਟ ਇਹ ਵੀ ਤੁਸੀਂ ਮਹਿਸੂਸ ਕਰ ਸਕਦੇ ਕਿਉਂਕਿ ਜਦੋਂ ਉਹ ਨਿਕਲ ਗਿਆ ਫਿਰ ਤਾਂ ਇਹ ਇਸ ਮਿੱਟੀ ਨੇ ਕੁਛ ਨਹੀਂ ਖਾਣਾ ਠੀਕ ਹੈ ਨਾ ਸੋ ਖਾਣ ਵਾਲਾ ਕੌਣ ਅੰਦਰ ਇਹ ਵੀ ਮਹਿਸੂਸ ਕਰਨਾ ਅਤੇ ਜਦੋਂ ਤੁਸੀਂ 100% ਧਿਆਨ ਦੇ ਕੇ 100% ਕੰਸਨਟਰੇਟ ਕਰਕੇ ਆਪਣੇ ਆਪ ਨੂੰ ਖਾਣੇ ਦੇ ਉੱਤੇ ਖਾਓਗੇ ਤਾਂ ਥੋੜ੍ਹਾ ਜਿਹਾ ਖਾਣ ਨਾਲ ਹੀ ਤੁਸੀਂ ਤ੍ਰਿਪਤ ਹੋ ਜਾਓਗੇ ਥੋੜ੍ਹਾ ਜਿਹਾ ਖਾਣ ਨਾਲ ਹੀ ਤੁਸੀਂ ਸੈਟਿਸਫਾਈ ਹੋ ਜਾਓਗੇ ਅਤੇ ਉਹਦੇ ਨਾਲ ਐਨਰਜੀ ਬਣੂਗੀ ਵਧੀਆ ਬਲੱਡ ਬਣੂਗਾ ਨਿਊਟ੍ਰੀਸ਼ਨ ਮਿਲਣਗੇ ਤੁਹਾਨੂੰ ਅਤੇ ਜੇ ਆਪਾਂ ਧਿਆਨ ਕਿਤੇ ਹੋਰ ਹੋਇਆ ਅਤੇ ਜਾਨਵਰਾਂ ਦੀ ਤਰ੍ਹਾਂ ਚਲੀ ਜਾਂਦੇ ਹਾਂ ਉਹਦੇ ਨਾਲ ਕੁਛ ਨਹੀਂ ਹੋਣ ਲੱਗਿਆ ਦੋਸਤੋ ਉਹ ਤਾਂ ਫਿਰ ਉਹੀ ਆ ਕਿ ਫੈਟ ਵਿੱਚ ਤਬਦੀਲ ਹੋਊਗਾ ਠੀਕ ਆ ਅਤੇ ਨੁਕਸਾਨ ਨਹੀਂ ਕਰੂਗਾ ਦੂਸਰੀ ਗੱਲ ਜਦੋਂ ਵੀ ਕੁਛ ਖਾਣਾ ਦੋਸਤੋ ਜਦੋਂ ਵੀ ਤੁਹਾਨੂੰ ਖਾਣਾ ਖਾਣ ਦਾ ਟਾਈਮ ਹੁੰਦਾ ਪਹਿਲੀ ਗੱਲ ਤਾਂ ਟਾਈਮ 'ਤੇ ਖਾਣਾ ਬਹੁਤ ਜ਼ਰੂਰੀ ਹੈ ਰਾਈਟ ਇਹ ਨਹੀਂ ਕਿ ਜਦੋਂ ਟਾਈਮ ਲੱਗਿਆ ਬਹੁਤੇ ਲੋਕ ਇਹੀ ਕਰਦੇ ਕਿ ਜਦੋਂ ਟਾਈਮ ਲੱਗਿਆ ਖਾ ਲਾਂਗੇ ਉਹ ਕਿੱਥੇ ਜੀ ਹਜੇ ਟਾਈਮ ਹੀ ਹੈ ਨਹੀਂ ਠੀਕ ਹੈ ਨਾ ਖਾਣੇ ਦਾ ਟਾਈਮ ਫਿਕਸ ਹੋਣਾ ਚਾਹੀਦਾ ਰਾਈਟ ਜਿੰਨੇ ਵਜੇ ਰੋਜ਼ ਬ੍ਰੇਕਫਾਸਟ ਕਰਦੇ ਹੋ ਬ੍ਰੇਕਫਾਸਟ ਉੰਨੇ ਵਜੇ ਹੀ ਕਰਨਾ ਜਿੰਨੇ ਵਜੇ ਲੰਚ ਕਰਦੇ ਹੋ ਲੰਚ ਉਦੋਂ ਹੀ ਕਰਨਾ ਔਰ ਡਿਨਰ ਜਿਹੜਾ ਕਿ ਅੱਜ ਦੀ ਲਾਈਫ ਦੇ ਵਿੱਚ ਲੇਟ ਕਰਨਾ ਇੱਕ ਫੈਸ਼ਨ ਬਣ ਗਿਆ ਬਹੁਤੇ ਲੋਕ ਤਾਂ 9 ਵਜੇ ਸੋਚਦੇ ਆ ਰਾਤ ਦੇ ਕਿ ਕੀ ਖਾਧਾ ਜਾਵੇ ਰਾਈਟ ਖਾਸ ਕਰਕੇ ਜਿਹੜੀ ਯੁਵਾ ਪੀੜ੍ਹੀ ਹੈ ਉਹ ਤਾਂ 9-10 ਵਜੇ ਸੋਚਦੀ ਹੋਈ ਹੈ ਕਿਉਂਕਿ ਉਹਨਾਂ ਦਾ ਦਿਨ ਹੀ ਲੇਟ ਸ਼ੁਰੂ ਹੁੰਦਾ ਅਤੇ ਫਿਰ ਉਹਨਾਂ ਨੇ ਉਸ ਹਿਸਾਬ ਨਾਲ ਹੀ ਖਾਣਾ ਨਹੀਂ ਕੋਸ਼ਿਸ਼ ਕਰੋ ਕਿ ਸੂਰਜ ਢਲਣ ਤੋਂ ਪਹਿਲਾਂ 6-5-6 ਹੱਦ 7 ਵਜੇ ਤੱਕ ਡਿਨਰ ਫਿਨਿਸ਼ ਰਾਈਟ ਸੌਣ ਦੇ ਵਿੱਚ ਤੁਹਾਡੇ 2-3 ਘੰਟੇ ਦਾ ਫਾਸਲਾ ਹੋਣਾ ਚਾਹੀਦਾ ਤੁਹਾਡੀ ਰਾਤ ਦੇ ਖਾਣੇ ਵਿੱਚ ਔਰ ਸੌਣ ਦੇ ਟਾਈਮ ਵਿੱਚ ਤਾਂ ਉਹ ਖਾਣਾ ਹਜ਼ਮ ਹੋਣਾ ਨਹੀਂ ਤਾਂ ਉਹ ਤੁਹਾਡੇ ਲਈ ਜ਼ਹਿਰ ਸੋ ਪਹਿਲੀ ਗੱਲ ਟਾਈਮ 'ਤੇ ਖਾਣਾ ਪਹਿਲੀ ਗੱਲ ਤਾਂ ਕੰਸਨਟਰੇਟ ਕਰਨਾ 100% ਦੂਸਰੀ ਗੱਲ ਕਿ ਟਾਈਮ 'ਤੇ ਖਾਣਾ ਔਰ ਤੀਸਰੀ ਗੱਲ ਹੈ ਦੋਸਤੋ ਕਿ ਖਾਣ ਤੋਂ ਪਹਿਲਾਂ ਆਪਣੇ ਆਪ ਨੂੰ ਚੈੱਕ ਕਰੋ ਜੇ ਤੁਸੀਂ ਉਦਾਸ ਹੋ ਗੁੱਸੇ ਦੇ ਵਿੱਚ ਹੋ ਰਾਈਟ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ
ना खायो खाना ना खायो खाना, क्योंकि जो दो चार दिन नहीं भी खाओगे ना मरने लगे, कुछ नहीं होने लगे। लेकिन पहला अपने आप को ठीक करो, पहला अपना मूड ठीक करो। मूड ठीक करने के कई ठीक ढंग ने, कई का म्यूजिक सुन के मूड ठीक होंदा, कई का कुछ पढ़ के म्यूजिक ठीक होंदा, कई का टीवी देख के म्यूजिक ठीक होंदा, कई का कोई मूवी देख के म्यूजिक ठीक होंदा, मूड ठीक होंदा, कई का लड़के मूड ठीक होंदा। तो जे इह जिहा होवे ढंग तां फिर अपने आप नाल ही लड़ पियो अपने मिरर के सामने खड़े होकर, ठीक है ना। तो कई का होंदा वी चुगलियां करके मूड ठीक होंदा। सो इह तां अपना अपना ढंग। सो जो भी ढंग तुहानूं चंगा लगे, जो भी तुहाडे ते प्रैक्टिकली वर्क करदा, उस ढंग नाल पहलां तां अपने मूड नूं ठीक करो। तो जदों मूड ठीक हो जाए फिर ऐन शांति नाल बैठ के, शांति नाल, बहुत जरूरी है। स्टेयरिंग स्टेयरिंग ते बैठ के नहीं खाना, तुरे जांदे नहीं खाना ना, शांति नाल बैठ के। राइट, संसार नूं अग लगदी है लग जाए, जो हुंदा हो जाए, तुसीं खाणा खाण लगे हो, तुसीं उस नूं फीड करन लगे हो जो तुहाडे अंदर बैठा। राइट, ओ फिर पूरा ध्यान दे के खाओ, ठीक है। फिर हैगा कि जड़िया जेडे घर लेडीज खाना बनाऊंगी, ज़्यादातर घर लेडीज ही बनाऊंगी, तो वो भी खाना बनाने तो पहला अपने आप को चेक करो। जे तुसी गुस्से दे विचो, जे तुसी हुणे हुणे किसे नाल लड़के हटे हो, जे तुसी उदास हो, जे तुसी बहुत ज़्यादा स्ट्रेस दे विचो, जे तुहाडा मूड ठीक नहीं सिंपल लफ्ज़ां दे विच, तो प्लीज़ खाना ना बना लो। क्योंकि जे तुसी गुस्से दे विच खाना बना लिया तो जिहड़ा खाना भी वह खाऊगा वह फिर वह गुस्सा तुहाडे ते ही कढ़ूगा, वो न्यूट्रिशन का कम नहीं कर लग्या, उसनों गुस्सा ट्रांसफर होगा। तुहाडा जो मूड होगा खाना बनाते हुए उही मूड खाण वालियां विच ट्रांसफर होगा, तो उहदे नाल फिर सारे घर का माहौल जिहड़ा वह विगड़ जाऊगा। सो खाना बनाने तो पहला अपने आप को चैक करो, अपने मूड को ठीक करो। हो सके तो एक छोटा जिहा म्यूजिक सिस्टम अपनी किचन दे विच रखो, क्योंकि म्यूजिक जिहड़ा हैगा इह तां कहिंदे हुंदे आ वी उह मुरदिआं नूं खड़े होण कर दिंदा, उन्हां नूं वी नच्चण ला दिंदा। सो म्यूजिक च बड़ी ताकत आ, संगीत दे विच बहुत ताकत आ। छोटा जिहा म्यूजिक सिस्टम अपनी किचन दे विच रखो और उत्थे फिर म्यूजिक लिख लो। जरूरी नहीं कि आपां कोई धार्मिक ही सुनने हैं या गुरबाणी ही सुननी है, नहीं, जो भी तुहानूं चंगा लगता, जो भी तुहाडे मन नूं ताकत दिंदा। राइट, उस नूं जो तुहाडे मन नूं खुश करे, तुहानूं एक्साइट करे, तुहानूं उत्तेजित करे, उही जा म्यूजिक सुनो। और वह म्यूजिक वजाउंदे चलदे होए नचदे टपदे हसदे खेडदे खाना बनाओ, उही खाना अमृत बन जाऊगा। और जिहड़ा भी बंदा उस खाने नूं खाऊगा वह फिर उस तरह ही हसू खेडूगा नचूगा जिवें कि तुसीं खाना बनाउंदे होए सी। सो तुहाडे खाना बनाउण दे समय जो मूड आ उही वह खाण वालियां विच ट्रांसफर होगा। सो ये सोच के ध्यान नाल अपने आप नूं पहलां ठीक करके, अपने मूड नूं ठीक करके फिर खाना बनाओ। फिर है कि अज कल ये फैशन हो गया दोस्तों कि घर विच खाना बनाउण दा जिहड़ा रुझान आ वह लगातार घटदा जा रहा। फास्ट फूड ने घर दे खाने की जगह लै ली है। राइट, और इसलिए शायद परिवार टुट रहे हैं, क्योंकि जो घर विच खाना बनता तो फिर परिवार इकट्ठा होकर खाता भी है। और घर के खाने विच जो एनर्जी होंगी है वह बाहरले खाने विच कदे हो ही नहीं सकती, भुल जाओ, दिमाग चो कढ़ दो। सो कोशिश करो कि एक टाइम घर के खाना जरूर बने, बना भावें कोई लवे, भावें वाइफ बना ले, भावें हसबेंड बना ले, डजंट मैटर। राइट, जो भी वेला जो जो भी चंगी तरह कुक कर सकता, जिसनों भी कुकिंग का शौक हैगा वो तो बना ले। लेकिन एक बार दिन के जरूर घर का बनया खाना खाओ। वैसे तो तीनों टाइम ही खाना चाहिए, लेकिन
ਚਲੋ ਕੰਮਾਂ ਕਾਰਾਂ ਵਿੱਚ ਜਾਂ ਕਹਿ ਲਓ ਕਿ ਇਸ ਅੱਜ ਦੀ ਬਿਜ਼ੀ ਲਾਈਫ ਦੇ ਵਿੱਚ ਕਈ ਵਾਰ ਪੋਸੀਬਲ ਨਹੀਂ ਹੁੰਦਾ, ਲੇਕਿਨ ਇੱਕ ਟਾਈਮ ਜ਼ਰੂਰ ਘਰ ਦਾ ਖਾਣਾ ਖਾਓ। ਅਤੇ ਜੇ ਹੁਣ ਤਿੰਨੋਂ ਟਾਈਮ ਤੁਸੀਂ ਬਾਹਰ ਖਾਂਦੇ ਰਹੇ ਮੈਕਡੋਨਲ ਅਤੇ ਆਪਣਾ ਕੰਟਕੀ ਫਰਾਈ ਕਹਿ ਲਓ ਅਤੇ ਤੁਸੀਂ ਸਬਵੇ ਕਹਿ ਲਓ, ਜੋ ਵੀ ਮਤਲਬ ਫਾਸਟ ਫੂਡ ਇਸ ਵੇਲੇ ਮਾਰਕੀਟ ਦੇ ਵਿੱਚ ਹੈਗੇ, ਉੱਥੇ ਖਾਂਦੇ ਹੋ, ਤਾਂ ਹੁਣ ਜਿੱਥੇ ਤੁਸੀਂ ਖਾਓਗੇ, ਜਿੱਥੇ ਤੁਸੀਂ ਖਾਣਾ ਆਪਣਾ ਬਾਏ ਕਰੋਗੇ, ਅਤੇ ਉੱਥੇ ਤੁਹਾਡੀ ਇੰਟਰੈਕਸ਼ਨ ਹੋਊਗੀ। ਜੇ ਕੋਈ ਮਰਦ ਖਾਣਾ ਬਾਏ ਕਰਨ ਗਿਆ ਤਾਂ ਉਹਦੀ ਕਿਸੇ ਫੀਮੇਲ ਦੇ ਨਾਲ ਅਟਰੈਕਸ਼ਨ ਹੋ ਸਕਦੀ ਹੈ, ਇੰਟਰੈਕਸ਼ਨ ਹੋ ਸਕਦੀ ਹੈ। ਅਤੇ ਜੇ ਕੋਈ ਫੀਮੇਲ ਗਈ ਹੈ ਤਾਂ ਉਹਦੀ ਮੇਲ ਦੇ ਨਾਲ ਇੰਟਰੈਕਸ਼ਨ ਹੋ ਸਕਦੀ ਹੈ। ਅਤੇ ਜੋ ਤੁਸੀਂ ਰੋਜ਼ ਦੇ ਉੱਥੇ ਜਾਣਾ ਆਉਣਾ ਤੁਹਾਡਾ ਬਣ ਗਿਆ, ਤਾਂ ਫਿਰ ਤੁਸੀਂ ਗੁਣ ਵੀ ਉਹਦੇ ਹੀ ਗਾਓਗੇ, ਤੁਹਾਨੂੰ ਚੰਗਾ ਵੀ ਉਹੀ ਲੱਗਣ ਲੱਗ ਜੂਗਾ, ਠੀਕ ਹੈ ਨਾ। ਸੋ ਫਿਰ ਘਰ ਦਾ ਸਾਥੀ ਚੰਗਾ ਨਹੀਂ ਲੱਗਣਾ, ਫਿਰ ਤਾਂ ਉਹੀ ਚੰਗਾ ਲੱਗੂ ਜਿਹੜਾ ਖਵਾਓ, ਠੀਕ ਹੈ। ਕਿਉਂਕਿ ਖਾਣੇ 'ਚ ਬੜੀ ਤਾਕਤ ਆ ਦੋਸਤੋ, ਖਾਣਾ ਇਹੋ ਜਿਹੀ ਚੀਜ਼ ਦਾ ਕਿ ਤੁਸੀਂ ਖਾਣਾ ਖਵਾ ਕੇ ਕਿਸੇ ਨੂੰ ਵੀ ਲੁੱਟ ਸਕਦੇ, ਕਿਸੇ ਨੂੰ ਵੀ। ਔਰ ਜੇ ਤਜ਼ਰਬਾ ਕਰਨਾ ਤਾਂ 7 ਦਿਨ ਦਾ ਪ੍ਰੋਸੈਸ ਕਰਕੇ ਦੇਖ ਲਿਓ, ਜਿਸ ਨੂੰ ਵੀ ਤੁਸੀਂ ਆਪਣੇ ਵਸ ਕਰਨਾ ਚਾਹੁੰਦੇ ਹੋ, ਜਿਸ ਨੂੰ ਵੀ ਚਾਹੁੰਦੇ ਹੋ ਕਿ ਤੁਹਾਡੇ ਗੁਣ ਗਾਵੇ, ਭਾਵੇਂ ਉਹ ਤੁਹਾਡਾ ਹਸਬੈਂਡ ਹੋਵੇ, ਜੀਵਨ ਸਾਥੀ ਹੋਵੇ, ਜਾਂ ਤੁਹਾਡੇ ਬੱਚੇ ਹੋਣ, ਜਾਂ ਤੁਹਾਡੇ ਲੋਜ ਹੋਣ, ਸੱਸ ਸਹੁਰਾ ਹੋਵੇ, ਜਾਂ ਕੋਈ ਦੋਸਤ ਮਿੱਤਰ ਹੋਣ, ਜਾਂ ਹੋਰ ਕੋਈ ਰਿਸ਼ਤੇਦਾਰ ਹੋਵੇ, ਜਿਸ ਨੂੰ ਵੀ ਤੁਸੀਂ ਆਪਣੇ ਵਸ ਕਰਨਾ ਚਾਹੁੰਦੇ ਹੋ ਕਹਿ ਲਓ, ਤਾਂ ਉਸ ਦੀ ਪਸੰਦ ਦਾ 7 ਦਿਨ ਲਗਾਤਾਰ ਪੂਰੇ ਮਨ ਦੇ ਨਾਲ ਖਾਣਾ ਬਣਾਇਓ, ਔਰ ਉਸਨੂੰ ਐਂ ਖਵਾਇਓ ਕਿ ਬਸ ਉਹ ਤੁਹਾਡੇ ਘਰ ਰੱਬ ਆ, ਠੀਕ ਆ। ਇੰਨੀ ਮਤਲਬ ਸੇਵਾ ਦੇ ਨਾਲ, ਸੇਵਾ ਭਾਵ ਦੇ ਨਾਲ ਉਹ ਖਾਣਾ ਖਵਾਇਓ, ਜੇ 7 ਦਿਨਾਂ ਬਾਅਦ ਉਹੀ ਬੰਦਾ ਤੁਹਾਡੇ ਅੱਗੇ ਪੁੱਛਣਾ ਹਿਲਾਉਂਦਾ ਫਿਰੇ ਤਾਂ ਮੇਰਾ ਨਾਮ ਬਦਲ ਦਿਓ। ਇੰਨੀ ਤਾਕਤ ਆ ਇਸ ਖਾਣੇ ਦੇ ਵਿੱਚ, ਰਾਈਟ। ਪਰ ਜੇ ਹੁਣ ਘਰ ਖਾਣਾ ਬਣਨਾ ਹੀ ਨਹੀਂ, ਫਿਰ ਤਾਂ ਬੰਦਾ ਜਾਂ ਲੇਡੀ ਕਹਿ ਲਓ ਉਸੇ ਦੇ ਗੁਣ ਗਾਓ ਜਿਹਦੇ ਕੋਲ ਰੋਜ਼ ਜਾ ਕੇ ਉਹ ਖਾਓ, ਠੀਕ ਹੈ ਨਾ। ਅਤੇ ਫਿਰ ਕਸੂਰ ਸਾਡਾ ਨਹੀਂ, ਜੇ ਉਹ ਘਰ ਟੁੱਟਦਾ, ਜੇ ਉਹ ਪਰਿਵਾਰ ਟੁੱਟਦਾ, ਤਾਂ ਫਿਰ ਕਸੂਰ ਕਿਸੇ ਹੋਰ ਦਾ ਨਹੀਂ, ਕਸੂਰ ਸਾਡਾ ਆਪਣਾ ਹੀ ਆ। ਅਸੀਂ ਉਸ ਘਰ ਟੁੱਟਣ ਦੀ ਨੀਂਹ ਆਪ ਰੱਖੀ। ਫਿਰ ਹੈਗਾ ਦੋਸਤੋ ਕਿ ਬਹੁਤ ਸਾਰੇ ਲੋਕ ਅੱਜ ਦੇ ਜੀਵਨ ਵਿੱਚ ਇਹ ਸਮਝਦੇ ਆ ਕਿ ਨੌਨ ਵੈਜ ਖਾਣ ਦੇ ਨਾਲ ਸਾਡੀ ਬੜੀ ਤਾਕਤ ਆਉਂਦੀ ਆ, ਅਸੀਂ ਬੜੇ ਸਿਹਤਮੰਦ ਹੁੰਦੇ ਹਾਂ, ਅਤੇ ਸਾਡੇ 'ਚ ਬੜੀ ਐਨਰਜੀ ਆਉਂਦੀ ਹੈ। ਇਹ ਬਿਲਕੁਲ ਗਲਤ ਧਾਰਨਾ, ਬਿਲਕੁਲ ਗਲਤ ਧਾਰਨਾ, ਰਾਈਟ। ਜਿਹੜੇ ਕਹਿ ਲਓ ਕਿ ਹੋਲੀ ਬੁੱਕਸ ਨੇ, ਕਹਿ ਲਓ ਗ੍ਰੰਥ ਨੇ, ਜਾਂ ਸਾਡੇ ਵੱਡੇ ਵਡੇਰੇ ਆ, ਉਹ ਤਾਂ ਇਹ ਗੱਲ 'ਤੇ ਜ਼ੋਰ ਦਿੰਦੇ ਹੀ ਆਏ ਆ ਕਿ ਵੈਜੀਟੇਰੀਅਨ ਖਾਣਾ ਚਾਹੀਦਾ। ਹੁਣ ਤਾਂ ਸਾਇੰਸ ਵੀ ਮੰਨਦੀ ਆ, ਹੁਣ ਤਾਂ ਜਿਹੜੇ ਅੱਜ ਕੱਲ੍ਹ ਦੇ ਐਡਵਾਂਸ ਡਾਕਟਰਸ ਨੇ ਉਹ ਵੀ ਮੰਨਦੇ ਆ ਕਿ ਵੈਜੀਟੇਰੀਅਨ ਫੂਡ ਜਿਹੜਾ ਉਹ ਨੌਨ ਵੈਜ ਨਾਲੋਂ ਕਿਤੇ ਵਧੀਆ ਔਰ ਕਿਤੇ ਜ਼ਿਆਦਾ ਉਹ ਤਾਕਤਵਰ, ਕਿਤੇ ਜ਼ਿਆਦਾ ਸਾਡੇ ਮਾਨਸਿਕ ਔਰ ਸਰੀਰਕ ਵਿਕਾਸ ਦੇ ਲਈ ਚੰਗਾ। ਅਤੇ ਜੇ ਕਰੀਏ ਤਾਕਤ ਦੀ ਗੱਲ, ਜਾਂ ਕਹਿ ਲਓ ਕਿ ਮਨੋਬਲ ਦੀ ਗੱਲ, ਤਾਂ ਬਿੱਲੀ ਤੁਸੀਂ ਸਾਰਿਆਂ ਦੇਖੀ ਹੈ, ਨੌਨ ਵੈਜ ਹੁੰਦੀ ਹੈ, ਲੇਕਿਨ ਹਮੇਸ਼ਾ ਡਰੀ ਜਾਂਦੀ ਹੈ। ਆਪਣੇ ਮਾਲਕ ਕੋਲ ਤਾਂ ਚਲੀ ਜਾਊਗੀ, ਲੇਕਿਨ ਕਿਸੇ ਹੋਰ ਦੇ ਨੇੜੇ ਵੀ ਨਹੀਂ ਫਰਕ ਕਰਦੀ ਉਹ, ਟੁਪਸੀ ਮਾਰ ਕੇ ਉਹ ਜਾਂਦੀ ਹੈ ਜੇ ਉਸਨੂੰ ਤੁਸੀਂ ਫੜਨ ਦੀ ਕੋਸ਼ਿਸ਼ ਕਰੋ ਜਾਂ ਉਹਦੇ ਕੋਲ ਜਾਣ ਦੀ ਕੋਸ਼ਿਸ਼ ਕਰੋ। ਦੂਜੇ ਪਾਸੇ ਹਾਥੀ ਆ ਦੋਸਤੋ, ਵੈਜੀਟੇਰੀਅਨ ਹੁੰਦਾ ਮਸਤ ਮੌਲਾ, ਰਾਈਟ। ਜੇ ਚੱਲਦਾ ਤਾਂ ਉਹ ਵੀ ਇੱਕ ਰਾਜੇ ਦੀ ਤਰ੍ਹਾਂ, ਰਾਈਟ। ਔਰ ਜੋ ਕੁਛ ਰਾਹ 'ਚ ਆਉਂਦਾ ਲਤੜਦਾ ਜਾਂਦਾ, ਉਸਨੂੰ ਲਤਾੜਦਾ ਜਾਂਦਾ, ਉਹਨੂੰ ਕੋਈ ਪਰਵਾਹ ਨਹੀਂ, ਕੋਈ ਭੈ ਨਹੀਂ, ਕੋਈ ਡਰ ਨਹੀਂ, ਰਾਈਟ। ਆਪਣੇ ਆਪ 'ਚ ਉਹ ਮਸਤ, ਅਤੇ ਉਹਦੀ ਚਾਲ ਦੇਖੋਗੇ ਤਾਂ ਬਿਲਕੁਲ ਬਾਦਸ਼ਾਹਾਂ ਦੀ ਤਰ੍ਹਾਂ ਉਹ ਚੱਲਦਾ। ਔਰ ਉਹ ਨੌਨ ਵੈਜੀਟੇਰੀਅਨ ਹੁੰਦਾ, ਔਰ ਵੈਜੀਟੇਰੀਅਨ ਹੁੰਦਾ, ਸੋਰੀ, ਰਾਈਟ। ਸੋ ਬਹੁਤ ਹੀ ਗਲਤ ਧਾਰਨਾ ਹੈ। ਔਰ ਦੂਜੇ ਪਾਸੇ ਇਹ ਹੈ ਕਿ ਕੁਦਰਤ ਨੇ ਜੋ ਇਨਸਾਨ ਦੇ ਲਈ ਬਣਾਇਆ, ਜੋ ਸਾਡੇ ਲਈ ਬਣਾਇਆ, ਸਾਨੂੰ ਖਾਣਾ ਵੀ ਉਹ ਚਾਹੀਦਾ। ਹੁਣ ਇਹਦੀ ਇਗਜ਼ਾਮਪਲ ਥੋੜ੍ਹੀ ਜਿਹੀ ਮੈਂ ਤੁਹਾਨੂੰ ਦਿੰਦਾ। ਜਾਨਵਰ ਤੁਸੀਂ ਦੇਖ ਲਓ ਕਿ ਜਿਹੜੇ ਜਾਨਵਰ ਨੌਨ ਵੈਜ ਨੇ, ਮੀਟ ਮਾਸ ਖਾਂਦੇ ਆ, ਉਹ ਸਾਰਿਆਂ ਹੀ ਜਾਨਵਰਸ ਦੇ ਜਿਹੜੇ ਦੰਦ ਨੇ ਉਹ ਬਹੁਤ ਤਿੱਖੇ ਆ, ਨੁਕੀਲੇ ਆ, ਰਾਈਟ। ਔਰ ਜਿੰਨੇ ਵੈਜੀਟੇਰੀਅਨ ਨੇ, ਜਿੰਨੇ ਵੈਜੀਟੇਰੀਅਨ ਜਾਨਵਰ ਨੇ, ਉਹਨਾਂ ਦੇ ਦੰਦ ਜਿਹੜੇ ਆ ਅੱਗੋਂ ਉਹ ਫਲੈਟ ਨੇ, ਅੱਗੋਂ ਉਹ ਚਪਟੇ ਆ।
ਹੁਣ ਤੁਸੀਂ ਆਪਣੇ ਦੰਦ ਦੇਖ ਲਓ ਕਿ ਤੁਹਾਡੇ ਦੰਦ ਨੁਕੀਲੇ ਹੈ, ਬਹੁਤ ਤਿੱਖੇ ਹੈ ਜਾਂ ਕਿ ਚਪਟੇ ਹੈ। ਫਿਰ ਦੇਖੋ ਕਿ ਜਿੰਨੇ ਜਾਨਵਰ ਮੀਟ ਖਾਂਦੇ ਆ, ਮਾਸਾਹਾਰੀ ਨੇ, ਉਹ ਸਾਰੇ ਹੀ ਜਿਹੜਾ ਹੈਗਾ ਉਹਨਾਂ ਦੇ ਨੌ, ਉਹਨਾਂ ਦੇ ਪੰਜੇ ਬਹੁਤ ਤਿੱਖੇ ਹੈ, ਬੜੇ ਸ਼ਾਰਪ। ਔਰ ਜਿੰਨੇ ਵੈਜੀਟੇਰੀਅਨ ਨੇ ਉਹਨਾਂ ਦੇ ਨੌ, ਉਹਨਾਂ ਦੇ ਪੰਜੇ ਜਿਹੜੇ ਅੱਗੋਂ ਬਿਲਕੁਲ ਫਲੈਟ ਨੇ, ਬਿਲਕੁਲ ਚੱਪੇ। ਹੁਣ ਤੁਸੀਂ ਆਪਣੇ ਨੌ ਚੈੱਕ ਕਰ ਲਓ ਕਿ ਇਹ ਬਹੁਤ ਤਿੱਖੇ ਹੈ ਜਾਂ ਇਹ ਅੱਗੋਂ ਫਲੈਟ ਹੈ, ਰਾਈਟ। ਦੂਸਰੀ ਇਗਜ਼ਾਮਪਲ, ਤੀਸਰੀ ਇਗਜ਼ਾਮਪਲ, ਜਿਹੜੇ ਜਾਨਵਰ ਨੌਨ ਵੈਜ ਨੇ, ਮਾਸਾਹਾਰੀ ਨੇ, ਉਹ ਸਾਰੇ ਹੀ ਜੀਭ ਨਾਲ ਪਾਣੀ ਪੀਂਦੇ ਆ ਇੱਦਾਂ ਕਰਕੇ, ਰਾਈਟ। ਔਰ ਜਿੰਨੇ ਵੈਜੀਟੇਰੀਅਨ ਨੇ ਉਹ ਸਾਰੇ ਡੀਕ ਲਾ ਕੇ ਪੀਂਦੇ ਆ ਜਿਵੇਂ ਆਪਾਂ ਪੀਂਦੇ ਹਾਂ। ਹੁਣ ਤੁਸੀਂ ਦੇਖੋ ਕਿ ਤੁਸੀਂ ਜੀਭ ਨਾਲ ਪਾਣੀ ਪੀਂਦੇ ਹੋ ਜਾਂ ਤੁਸੀਂ ਡੀਕ ਲਾ ਕੇ ਪੀਂਦੇ ਹੋ, ਰਾਈਟ। ਸੋ ਇਹ ਤਿੰਨੇ ਉਦਾਹਰਨਾਂ ਇਹੀ ਦੱਸਦੀਆਂ ਕਿ ਇਨਸਾਨ ਜਿਹੜਾ ਹੈਗਾ ਉਹ ਵੈਜੀਟੇਰੀਅਨ ਫੂਡ ਵਾਸਤੇ ਬਣਿਆ। ਪਰਮਾਤਮਾ ਨੇ ਵੈਜੀਟੇਰੀਅਨ ਖਾਣਾ ਹੀ ਸਾਡੇ ਲਈ ਬਣਾਇਆ। ਅਤੇ ਜੇ ਕਰੀਏ ਆਪਾਂ ਐਵੋਲਿਊਸ਼ਨ ਦੀ, ਵਿਕਾਸ ਦੀ ਗੱਲ, ਕਿ ਬੰਦਾ ਜੀ ਬਾਂਦਰ ਤੋਂ ਬਣਿਆ, ਹੌਲੀ ਹੌਲੀ ਮੋਡੀਫਾਈ ਹੋ ਕੇ ਅਤੇ ਇਨਸਾਨ ਬਣ ਗਿਆ, ਤਾਂ ਬਾਂਦਰ ਵੀ ਵੈਜੀਟੇਰੀਅਨ ਹੈ, ਰਾਈਟ, ਉਹ ਵੀ ਵੈਜੀਟੇਰੀਅਨ ਹੈ। ਸੋ ਕਿਸੇ ਵੀ ਤਰ੍ਹਾਂ ਕੋਈ ਵੀ ਇਗਜ਼ਾਮਪਲ ਇਸ ਤਰ੍ਹਾਂ ਫਿੱਟ ਨਹੀਂ ਹੁੰਦੀ ਜਿਹੜੀ ਕਿ ਸਾਨੂੰ ਮਾਸਾਹਾਰੀ ਸਿੱਧ ਕਰਦੀ ਹੋਵੇ। ਅਤੇ ਜੇ ਉਹੀ ਹੈ ਕਿ ਕੁਦਰਤ ਦੇ ਖਿਲਾਫ, ਮੈਂ ਕੱਲ੍ਹ ਵੀ ਕਿਹਾ ਸੀ, ਕੁਛ ਵੀ ਆਪਾਂ ਕਰਾਂਗੇ ਤਾਂ ਉਸਦੇ ਮਾੜੇ ਨਤੀਜੇ, ਉਸਦੇ ਮਾੜੇ ਅਸਰ ਸਾਨੂੰ ਭੋਗਣੇ ਪੈਣਗੇ। ਸੋ ਜ਼ਰੂਰ, ਔਰ ਫਿਰ ਦੇਖੋ ਤੁਸੀਂ ਹੋਰ ਗੱਲ ਬਹੁਤ ਵੱਡੀ ਆ ਕਿ ਵੈਜੀਟੇਰੀਅਨ ਫੂਡ ਦੇ ਵਿੱਚ ਵੀ ਉਹ ਸਾਰੇ ਟੇਸਟ ਤੁਹਾਨੂੰ ਮਿਲ ਜਾਣਗੇ ਜਿਹੜੇ ਕਿ ਨੌਨ ਵੈਜ ਫੂਡ ਦੇ ਵਿੱਚ ਹੁੰਦੇ ਆ, ਰਾਈਟ। ਤੁਸੀਂ ਕਾਲੇ ਛੋਲੇ ਲਾ ਲਓ, ਤੁਸੀਂ ਪਾਲਕ ਲਗਾ ਲਓ, ਤੁਸੀਂ ਮਸ਼ਰੂਮ ਲਗਾ ਲਓ, ਤੁਸੀਂ ਸੋਇਆਬੀਨ ਲਗਾ ਲਓ, ਇਹਨਾਂ ਸਾਰਿਆਂ ਦਾ ਸਵਾਦ ਮੀਟ ਵਰਗਾ ਹੀ ਹੈ, ਰਾਈਟ। ਔਰ ਇਹਨਾਂ 'ਚ ਤਾਕਤ, ਇਹਨਾਂ 'ਚ ਐਨਰਜੀ ਵੀ ਓਨੀ ਹੀ ਹੈ ਜਿੰਨੀ ਕਿ ਤੁਹਾਨੂੰ ਮੀਟ ਦੇ ਵਿੱਚ ਮਿਲ ਜਾਣੀ ਹੈ। ਔਰ ਵੱਡੀ ਗੱਲ ਕਿ ਮੀਟ ਤਾਂ ਹਜੇ ਤਾਜ਼ਾ ਜਿਹੜਾ ਹੈਗਾ ਉਹ ਮਿਲਣਾ ਇਹਨਾਂ ਮੁਲਕਾਂ 'ਚ ਖਾਸ ਕਰਕੇ ਬਹੁਤ ਔਖਾ, ਅਤੇ ਇਹ ਚੀਜ਼ਾਂ ਤੁਹਾਨੂੰ ਤਾਜ਼ੀਆਂ ਵੀ ਮਿਲ ਜਾਣਗੀਆਂ, ਰਾਈਟ। ਸੋ ਜ਼ਰੂਰ ਆਪਣੇ ਆਪ ਨੂੰ ਵੈਜੀਟੇਰੀਅਨ ਬਣਾਓ। ਔਰ ਦੂਸਰੀ ਗੱਲ ਕਿ ਜਿਹੜਾ ਬੰਦਾ ਵੈਜੀਟੇਰੀਅਨ ਆ ਉਸ ਨੂੰ ਬਹੁਤ ਹੀ ਭਗਤੀ, ਬਹੁਤ ਹੀ ਤਪੱਸਿਆ, ਸਾਧਨਾ ਕਰਨ ਦੀ ਵੀ ਲੋੜ ਨਹੀਂ, ਉਹ ਵੈਸੇ ਹੀ ਪਰਮਾਤਮਾ ਦੇ ਨੇੜੇ ਹੁੰਦਾ, ਰਾਈਟ। ਔਰ ਇਹ ਵੀ ਗੱਲ ਦੇਖ ਲਿਓ ਕਿ ਵੈਜੀਟੇਰੀਅਨ ਜੇ ਬੰਦੇ ਨਾਲ ਤੁਹਾਡੀ ਕਿਤੇ ਦੁਸ਼ਮਣੀ ਪੈ ਜਾਵੇ, ਭਾਵੇਂ ਉਹ ਤੁਹਾਡੇ ਤੋਂ ਕਮਜ਼ੋਰੀ ਹੋਵੇ, ਲੇਕਿਨ ਅਖੀਰ ਦੇ ਵਿੱਚ ਜਿੱਤ ਉਸੇ ਦੀ ਹੋਊਗੀ, ਅਖੀਰ ਦੇ ਵਿੱਚ ਜਿੱਤੂਗਾ ਉਹ। ਪਿੱਛੇ ਜੇ ਚਾਈਨਾ ਅਤੇ ਭਾਰਤ ਦੇ ਵਿੱਚ ਕਾਫੀ ਤਣਾਅ ਬਣਿਆ ਹੋਇਆ ਸੀ, ਅਤੇ ਬਹੁਤ ਸਾਰੇ ਲੋਕ ਇਹ ਮਹਿਸੂਸ ਕਰਦੇ ਸੀ ਕਿ ਚਾਈਨਾ ਬਹੁਤ ਤਾਕਤਵਰ ਹੈ, ਹਿੰਦੁਸਤਾਨ ਨਾਲੋਂ ਬਹੁਤ ਤਬਾਹੀ ਹੋਊਗੀ, ਆਹ ਹੋਜੂਗਾ, ਉਹ ਹੋਜੂਗਾ। ਲੇਕਿਨ ਮੈਂ ਇੱਥੇ ਪ੍ਰੈਡਿਕਸ਼ਨ ਕਰਨੀ ਚਾਹੂੰਗਾ, ਭਵਿੱਖਬਾਣੀ ਕਰਨੀ ਚਾਹੂੰਗਾ ਕਿ ਜੇ ਕਿਤੇ ਚਾਈਨਾ ਅਤੇ ਹਿੰਦੁਸਤਾਨ ਦੇ ਵਿੱਚ ਜੰਗ ਹੁੰਦੀ ਹੈ ਤਾਂ ਦਾਅਵਾ ਦੋਸਤੋ ਕਿ ਜਿੱਤ ਹਿੰਦੁਸਤਾਨ ਦੀ ਹੋਊਗੀ। ਰੀਜ਼ਨ ਕੀ ਉਸਦੇ? ਉਸਦੇ ਰੀਜ਼ਨ ਦੋ ਤਿੰਨ ਨੇ। ਪਹਿਲੀ ਗੱਲ ਤਾਂ ਉੱਥੇ ਕੋਈ ਕਹਿ ਲਓ ਤੁਸੀਂ ਕਿ ਘੱਟੋ ਘੱਟ 50% ਪਾਪੂਲੇਸ਼ਨ, 60 ਵੀ ਕਹਿ ਸਕਦੇ ਹਾਂ, ਜਿਹੜੀ ਕਿ ਵੈਜੀਟੇਰੀਅਨ ਹੋਊਗੀ। ਪਹਿਲਾ ਰੀਜ਼ਨ ਤਾਂ ਇਹ ਹੈ, ਰਾਈਟ। ਦੂਸਰਾ ਰੀਜ਼ਨ, ਉਹ ਇੱਕ ਅਧਿਆਤਮਿਕ ਦੇਸ਼ ਆ, ਤਾਂਤਰਿਕ ਦੇਸ਼ ਆ। 30-40% ਲੋਕ ਅਧਿਆਤਮਿਕ ਨੇ, 60-70% ਲੋਕ ਤਾਂਤਰਿਕ ਨੇ, ਮਾਲਾ ਫੇਰਦੇ ਆ, ਹੈ ਨਾ, ਅਤੇ ਉਹ ਚਲੀਸੇ ਕੱਢਦੇ ਆ ਅਤੇ ਹੋਰ ਆਪਣਾ ਬਾਣੀਆਂ ਪੜ੍ਹਦੇ ਆ। ਸੋ ਇੱਕ ਤਾਂਤਰਿਕ ਔਰ ਅਧਿਆਤਮਿਕ ਬੰਦੇ ਨੂੰ ਹਰਾਉਣਾ ਇਹ ਸੌਖੀ ਗੱਲ ਨਹੀਂ। ਉੱਥੇ ਤਾਂ ਜੇ ਆਪਾਂ ਇਹ ਵੀ ਕਹੀਏ ਕਿ ਹਿੰਦੁਸਤਾਨ ਦੇ ਵਿੱਚ ਅਧਿਆਤਮਿਕਤਾ ਦੀ ਖੇਤੀ ਹੁੰਦੀ ਹੈ, ਰਾਈਟ, ਤਾਂ ਇਹ ਵੀ ਕੋਈ ਅਤਕਥਨੀ ਨਹੀਂ। ਅਧਿਆਤਮਿਕ ਦੇਸ਼ ਨੂੰ ਹਰਾਉਣਾ, ਅਧਿਆਤਮਿਕ ਲੋਕਾਂ ਨੂੰ ਹਰਾਉਣਾ। ਦੂਜੇ ਪਾਸੇ ਚਾਈਨਾ ਜਿਹੜਾ ਕਿ ਕੁਛ ਵੀ ਨਹੀਂ ਛੱਡਦਾ, ਕੋਈ ਕੀੜਾ ਮਕੌੜਾ, ਕੋਈ ਜਾਨਵਰ ਇਹੋ ਜਿਹਾ ਨਹੀਂ ਜਿਹੜਾ ਚਾਈਨਾ ਦੇ ਵਿੱਚ ਨਾ ਖਾਧਾ ਜਾਂਦਾ ਹੋਵੇ। ਔਰ ਇੱਕ ਮੈਨੂੰ ਵੀਡੀਓ TV 'ਤੇ ਦੇਖਣ ਦਾ ਮੌਕਾ ਮਿਲਿਆ ਸੀ, ਉਹ ਮੈਂ ਜਦੋਂ ਉਹ ਵੀਡੀਓ ਯਾਦ ਕਰਦਾ ਤਾਂ ਮੇਰੀ ਰੂਹ ਖੰਭ ਉੱਠਦੀ ਹੈ। ਉਸ ਵੀਡੀਓ ਵਿੱਚ ਇੱਕ ਜਿਉਂਦੀ, ਮਤਲਬ ਬਿੱਲੀਆਂ ਨੇ ਰੱਖੀਆਂ ਹੋਈਆਂ ਕੈਦ ਕਰਕੇ,
ਤੇ ਗਾਹਕ ਆਉਂਦਾ ਕਸਟਮਰ ਆਉਂਦਾ ਉਹ ਕਹਿੰਦਾ ਜੀ ਮੈਨੂੰ ਉਹ ਬਿੱਲੀ ਚਾਹੀਦੀ ਹੈ ਅਤੇ ਉਹ ਬਿੱਲੀ ਕੱਢਦੇ ਆ ਔਰ ਉੱਬਲਦੇ ਪਾਣੀ ਜਾਂਦੀ ਜਾਂਦੀ ਉੱਬਲਦੇ ਪਾਣੀ 'ਚ ਪਾ ਕੇ ਸਹਿਕਦੀ ਬਾਹਰ ਕੱਢੀ ਜਾਂਦੀ ਹੈ ਔਰ ਉਹ ਸਹਿਕਦੀ ਹੁੰਦੀ ਆ ਹਜੇ ਮਰੀ ਵੀ ਨਹੀਂ ਹੁੰਦੀ ਚੰਗੀ ਤਰ੍ਹਾਂ ਅਤੇ ਉਹਦੀ ਖੱਲ ਉਤਾਰੀ ਜਾਂਦੀ ਹੈ ਅਤੇ ਫਿਰ ਉਸ ਤੋਂ ਪੁੱਛੋ ਕੁਛ ਨਾ ਇਹ ਇੰਨਾ ਨਿਰਦਈਪਣਾ ਕੋਈ ਆਮ ਇਨਸਾਨ ਨਹੀਂ ਕਰ ਸਕਦਾ ਰਾਈਟ ਹੁਣ ਇਹੋ ਜਿਹੇ ਲੋਕ ਜੇ ਦੂਸਰੇ ਪਾਸੇ ਇੱਕ ਅਧਿਆਤਮਕ ਔਰ ਵੈਜੀਟੇਰੀਅਨ ਲੋਕਾਂ ਨਾਲ ਪੰਗਾ ਲੈਣਗੇ ਤਾਂ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਜਿੱਤ ਕਿਹਦੀ ਹੋਊਗੀ ਤਾਕਤਵਰ ਜਿਹੜਾ ਮਰਜ਼ੀ ਹੋਵੇ ਉਹ ਮਿਜ਼ਾਈਲਾਂ ਜਿੰਨੀਆਂ ਮਰਜ਼ੀ ਤਾਕਤਵਰ ਹੋਣ ਜਿੰਨੇ ਮਰਜ਼ੀ ਐਟਮ ਬੰਬ ਹੋਣਾ ਹੋਣ ਉਹਨਾਂ ਕੋਲ ਕੁਦਰਤ ਨੇ ਉਹ ਚੱਲਣ ਹੀ ਨਹੀਂ ਦੇਣੇ ਕਿਉਂਕਿ ਉਹਨਾਂ ਦਾ ਮੁਕਾਬਲਾ ਇੱਕ ਅਧਿਆਤਮਕ ਔਰ ਵੈਜੀਟੇਰੀਅਨ ਲੋਕਾਂ ਨਾਲ ਹੋਊਗਾ ਸੋ ਬਹੁਤ ਜ਼ਰੂਰੀ ਹੈ ਦੋਸਤੋ ਵੈਜੀਟੇਰੀਅਨ ਹੋਣਾ ਫਿਰ ਹੈ ਪਤੀ ਪਤਨੀ ਦਾ ਰਿਸ਼ਤਾ ਦੇ ਬਾਰੇ ਮੈਂ ਥੋੜ੍ਹਾ ਜਿਹਾ ਜ਼ਿਕਰ ਕਰਦੇ ਹਾਂ ਕਿ ਖਾਣੇ ਦਾ ਇੱਥੇ ਕੀ ਮਹੱਤਵ ਆ ਜਦੋਂ ਵੀ ਪਤੀ ਦੇਵ ਆਉਂਦੇ ਘਰ ਕੰਮ ਤੋਂ ਤਾਂ ਆਉਂਦਿਆਂ ਸਾਰ ਉਹਨਾਂ ਨੂੰ ਅਜਾਹ ਹੋ ਗਿਆ ਘਰੇ ਅਜਾਹ ਹੋ ਗਿਆ ਸੱਸ ਨੇ ਆਹ ਕਰਤਾ ਬੱਚੇ ਨੇ ਆਹ ਕਰਤਾ ਮੁੰਡੇ ਨੇ ਆਹ ਕਰਤਾ ਕੁੜੀ ਨੇ ਆਹ ਕਰਤਾ ਆਹ ਬਿੱਲ ਆ ਗਏ ਆਹ ਇੰਨਾ ਖਰਚਾ ਹੋ ਗਿਆ ਉਹ ਹੋ ਗਿਆ ਬਿਲਕੁਲ ਇਹੋ ਜਿਹੀਆਂ ਗੱਲਾਂ ਨਾ ਕਰੋ ਕਿਉਂਕਿ ਆਦਮੀ 8 ਘੰਟੇ ਕੰਮ ਕਰਕੇ ਮਿਹਨਤ ਕਰਕੇ ਸਖਤ ਉਹ ਕਰ ਆਉਂਦਾ ਕਾਹਦੇ ਲਈ ਕਿ ਚਲੋ ਘਰ ਜਾ ਕੇ ਆਰਾਮ ਕਰਾਂਗੇ ਅਤੇ ਜੇ ਆਉਂਦਿਆਂ ਸਾਰ ਹੀ ਇਹ ਸਾਰਾ ਕੁਛ ਉਹਦੇ ਅੱਗੇ ਰੱਖਦੇ ਹੋ ਤਾਂ ਫਿਰ ਉਸਦਾ ਕੀ ਹਾਲ ਹੋਊਗਾ ਤੁਸੀਂ ਆਪ ਹੀ ਸੋਚ ਲਓ ਨਹੀਂ ਪਹਿਲਾਂ ਤਾਂ ਜੀ ਉਹੀ ਆ ਕਿ ਉਸਨੂੰ ਤੁਸੀਂ ਜੀ ਐਂ ਕਹੋ ਚਾਹ ਪਾਣੀ ਪੁੱਛੋ ਉਸਨੂੰ ਫਰੈਸ਼ ਅਪ ਹੋਣ ਦਿਓ ਫਿਰ ਬੱਕਰਾ ਤਾਂ ਆਪਣਾ ਹੀ ਹੈ ਨਾ ਜਦੋਂ ਮਰਜ਼ੀ ਝਟਕਾ ਲਿਓ ਠੀਕ ਹੈ ਨਾ ਸੋ ਉਹ ਫਿਰ ਜਦੋਂ ਉਹ ਮਤਲਬ ਬਿਲਕੁਲ ਸ਼ਾਂਤ ਹੋਵੇ ਉਸਦਾ ਪੇਟ ਭਰ ਜਾਵੇ ਤਾਂ ਉਹਦੀ ਥਕਾਵਟ ਦੂਰ ਹੋ ਜਾਵੇ ਫਿਰ ਤੁਸੀਂ ਆਪਣੀਆਂ ਜਿਹੜੀਆਂ ਮੁਸ਼ਕਲਾਂ ਨੇ ਕਰਦੀਆਂ ਉਹ ਸਾਂਝੀਆਂ ਕਰ ਸਕਦੇ ਫਿਰ ਹੈ ਲੇਡੀਜ਼ ਦੀ ਗੱਲ ਲੇਡੀਜ਼ ਦੋਸਤੋ ਜਿਹੜੀਆਂ ਇਹ ਔਰਤ ਆ ਪਰਮਾਤਮਾ ਦੇ ਬਹੁਤ ਨੇੜੇ ਹੁੰਦੀ ਹੈ ਰਾਈਟ ਇਸ ਦੇ ਵਿੱਚ ਦੇਵੀ ਗੁਣ ਡਿਵਾਈਨ ਕੁਆਲਿਟੀਜ਼ ਪਹਿਲਾਂ ਹੀ ਪਰਮਾਤਮਾ ਵੱਲੋਂ ਭਰੀਆਂ ਗਈਆਂ ਔਰ ਇਸ ਕਰਕੇ ਲੇਡੀਜ਼ ਦਾ ਵੈਜੀਟੇਰੀਅਨ ਹੋਣਾ ਹੋਰ ਵੀ ਬਹੁਤ ਬਹੁਤ ਜ਼ਰੂਰੀ ਰਾਈਟ ਅਤੇ ਜਦੋਂ ਇੱਕ ਔਰਤ ਨੌਨ ਵੈਜ ਖਾਂਦੀ ਹੈ ਤਾਂ ਫਿਰ ਉਹ ਆਪਣਾ ਜਿਹੜਾ ਕਹਿ ਲਓ ਕਿ ਔਰਤਪਣ ਜਿਹੜੀ ਉਸ ਦੀਆਂ ਵਿੱਚ ਡਿਵਾਈਨ ਕੁਆਲਿਟੀਜ਼ ਨੇ ਜਿਹੜੀ ਉਹਦੇ ਵਿੱਚ ਔਰਤ ਦੀਆਂ ਕੁਆਲਿਟੀਜ਼ ਨੇ ਉਹ ਸਾਰਾ ਕੁਛ ਉਹ ਗਵਾ ਲੈਂਦੀ ਹੈ ਤੁਸੀਂ ਦੇਖੋਗੇ ਜਿਸ ਸੋਸਾਇਟੀ ਦੇ ਵਿੱਚ ਆਪਾਂ ਰਹਿ ਰਹੇ ਹਾਂ ਇਸ ਸੋਸਾਇਟੀ 'ਚ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਉਹ ਨੌਨ ਵੈਜ ਨੇ ਅਤੇ ਜੇ ਉਹਨਾਂ ਨੂੰ ਤੁਸੀਂ ਦੇਖੋ ਧਿਆਨ ਨਾਲ ਉਹਨਾਂ ਦੇ ਚੱਲਣ ਦਾ ਅੰਦਾਜ਼ ਉਹਨਾਂ ਦੀ ਗੱਲ ਕਰਨ ਦਾ ਅੰਦਾਜ਼ ਉਹਨਾਂ ਦੇ ਕੰਮ ਕਰਨ ਦਾ ਅੰਦਾਜ਼ ਉਹਨਾਂ ਦੇ ਲੜਨ ਦਾ ਅੰਦਾਜ਼ ਉਹ ਸਾਰਾ ਕੁਛ ਮਰਦਾਨਾ ਹੋ ਚੁੱਕਿਆ ਉਹਨਾਂ ਦੇ ਵਿੱਚ ਔਰਤ ਦੀ ਉਹ ਚਾਲਕ ਸਾਨੂੰ ਦਿਸਦੀ ਨਹੀਂ ਜਿਹੜੀ ਕਿ ਉਸਨੂੰ ਔਰਤ ਬਣਾਉਂਦੀ ਰੀਜ਼ਨ ਕੀ ਖਾਣਾ ਰੀਜ਼ਨ ਕੀ ਖਾਣਾ ਸੋ ਖਾਣਾ ਜਿਹੜਾ ਹੈਗਾ ਇਹ ਬਹੁਤ ਵੱਡਾ ਰੋਲ ਪਲੇ ਕਰਦਾ ਸਾਡੀ ਸ਼ਖਸੀਅਤ ਦੇ ਵਿੱਚ ਸਾਡੇ ਵਿਕਾਸ ਦੇ ਵਿੱਚ ਸਾਡੀ ਮਾਨਸਿਕ ਔਰ ਸਰੀਰਕ ਬਣਤਰ ਦੇ ਵਿੱਚ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਦੇ ਵਿੱਚ ਰਾਈਟ ਸੋ ਵੈਜੀਟੇਰੀਅਨ ਹੋਣਾ ਬਹੁਤ ਬਹੁਤ ਜ਼ਰੂਰੀ ਵੈਜੀਟੇਰੀਅਨ ਹੋਣਾ ਆਪਣੇ ਆਪ ਨੂੰ ਪਰਮਾਤਮਾ ਦੇ ਨੇੜੇ ਕਰਨਾ ਵੈਜੀਟੇਰੀਅਨ ਹੋਣਾ ਉਸਦੀ ਭਗਤੀ ਹੈ ਵੈਜੀਟੇਰੀਅਨ ਹੋਣਾ ਤਪੱਸਿਆ ਵੈਜੀਟੇਰੀਅਨ ਹੋਣਾ ਉਸਦੀ ਕਿਰਪਾ ਦਾ ਪਾਤਰ ਬਣਨਾ ਰਾਈਟ ਸੋ ਔਰਤ ਦਾ ਵੈਜੀਟੇਰੀਅਨ ਹੋਣਾ ਬਹੁਤ ਜ਼ਰੂਰੀ ਹੈ ਔਰ ਜਿਹਨਾਂ ਦੋਸਤੋ ਜਿਹਨਾਂ ਦੀਆਂ ਪਤਨੀਆਂ ਵੈਜੀਟੇਰੀਅਨ ਨੇ ਉਹਨਾਂ ਲਈ ਪਰਮਾਤਮਾ ਘਰ ਹੀ ਹੈ ਰੱਬ ਘਰ ਹੀ ਕਿਤੇ ਹੋਰ ਜਾਣ ਦੀ ਲੋੜ ਨਹੀਂ ਆਪਣੀ ਸਮੱਸਿਆ ਆਪਣੀ ਮੁਸ਼ਕਲ ਕੋਈ ਵੀ ਤੁਹਾਡੀ ਕਾਰੋਬਾਰੀ ਕੋਈ ਕੰਮ ਦੀ ਜਾਂ ਹੋਰ ਜ਼ਿੰਦਗੀ ਦੀ ਕੋਈ ਵੀ ਸਮੱਸਿਆ ਆਪਣੀ ਵਾਈਫ ਦੇ ਨਾਲ ਆਪਣੇ ਜੀਵਨ ਸਾਥੀ ਦੇ ਨਾਲ ਬੈਠ ਕੇ ਡਿਸਕਸ ਕਰੋ ਉਸ ਸਮੱਸਿਆ ਦਾ ਹੱਲ ਆਪਣੇ ਆਪ ਨਿਕਲ ਆਊਗਾ ਪਰ ਬਸ਼ਰਤੇ ਕਿ ਤੁਹਾਡੀ ਜਿਹੜਾ ਜੀਵਨ ਸਾਥੀ ਹੈ ਤੁਹਾਡੀ ਜਿਹੜੀ ਪਤਨੀ ਹੈ ਉਹ ਵੈਜੀਟੇਰੀਅਨ ਹੋਵੇ ਰਾਈਟ ਫਿਰ ਉਹ ਇੱਕ ਦੇਵੀ ਤੋਂ ਘੱਟ ਨਹੀਂ ਕਿਉਂਕਿ ਪਰਮਾਤਮਾ ਨੇ ਦੈਵੀ ਗੁਣ ਪਹਿਲਾਂ ਹੀ ਔਰਤ ਦੇ ਵਿੱਚ ਭਰੇ ਆ ਉਹ ਪਰਮਾਤਮਾ ਦੀ ਬਹੁਤ ਨੇੜੇ ਆ ਰਾਈਟ ਉਸ ਨੂੰ ਬਹੁਤੀ ਭਗਤੀ ਕਰਨ ਦੀ ਬਹੁਤੀ ਮਾਲਾ ਫੇਰਨ ਦੀ ਬਹੁਤੇ ਪਾਠ ਕਰਨ ਦੀ ਲੋੜ ਨਹੀਂ ਕਿਉਂਕਿ ਉਹ ਮਿਹਨਤ ਹੀ ਜ਼ਿੰਦਗੀ 'ਚ ਇੰਨਾ ਸੇਵਾ ਹੀ ਇੰਨੀ ਕਰਦੀ ਹੈ ਕਿ ਉਹ ਪਰਮਾਤਮਾ ਦੇ ਬਹੁਤ ਨੇੜੇ ਹੁੰਦੀ ਸੋ ਜੇ ਤੁਸੀਂ ਆਪਣੇ ਘਰ ਬਚਾਉਣਾ ਚਾਹੁੰਦੇ ਹੋ ਤਾਂ ਇੱਕ ਟਾਈਮ ਜ਼ਰੂਰ ਘੱਟੋ ਘੱਟ ਇੱਕ ਟਾਈਮ ਵੈਸੇ ਤਿੰਨੋਂ ਟਾਈਮ ਹੋਣਾ ਚਾਹੀਦਾ ਅਤੇ ਦੋ ਟਾਈਮ ਹੋ ਜਾਵੇ ਤਾਂ ਉਸ ਤੋਂ ਵੀ ਬੈਟਰ ਆ
ਤੇ ਜੇ ਇੱਕ ਟਾਈਮ ਹੋ ਜੇ ਤਾਂ ਚਲੋ ਜੜ ਜੁੜੀ ਰਹੂਗੀ ਕਹਿੰਦੇ ਹੁੰਦੇ ਆ ਜੜ ਲੱਗੀ ਰਹੂਗੀ ਸੋ ਇੱਕ ਟਾਈਮ ਜ਼ਰੂਰ ਘਰ ਦੇ ਵਿੱਚ ਖਾਣਾ ਬਣਾਓ ਬਣਾ ਲਵੇ ਕੋਈ ਭਾਵੇਂ ਹਸਬੈਂਡ ਭਾਵੇਂ ਵਾਈਫ ਕੋਈ ਵੀ ਬਣਾ ਲਵੇ ਇਹ 'ਚ ਕੋਈ ਫਰਕ ਨਹੀਂ ਇਹ ਕੋਈ ਜ਼ਰੂਰੀ ਨਹੀਂ ਕਿ ਔਰਤ ਨਹੀਂ ਬਣਾਉਣਾ ਜੀ ਜਿਵੇਂ ਕਿ ਆਪਣੇ ਕਲਚਰ ਦੇ ਵਿੱਚ ਜ਼ਿਆਦਾਤਰ ਇਹੀ ਆ ਕਿ ਔਰਤ ਹੀ ਕਿਚਨ ਸੰਭਾਲਦੀ ਆ ਔਰਤ ਹੀ ਖਾਣਾ ਬਣਾਉਂਦੀ ਆ ਨਹੀਂ ਉਹਨਾਂ ਨੂੰ ਵੀ ਕਦੇ ਕਦੇ ਬ੍ਰੇਕ ਚਾਹੀਦੀ ਯਾਰ ਸੋ ਜ਼ਰੂਰੀ ਆ ਕਿ ਜਿਹਦੇ ਕੋਲ ਵੀ ਟਾਈਮ ਆ ਜਿਹੜਾ ਵੀ ਮਤਲਬ ਜਿਹਦਾ ਮੂਡ ਹੈਗਾ ਖਾਣਾ ਬਣਾਉਣ ਦਾ ਉਹ ਖਾਣਾ ਬਣਾ ਲਵੇ ਅਤੇ ਮੂਡ ਅੱਜ ਕੱਲ੍ਹ ਹੁੰਦਾ ਹੀ ਨਹੀਂ ਸੋ ਮੂਡ ਮੂਡ ਬਣਾਉਣਾ ਬਹੁਤ ਜ਼ਰੂਰੀ ਹੈ ਰਾਈਟ ਮੂਡ ਬਣਾਉਣਾ ਬਹੁਤ ਜ਼ਰੂਰੀ ਹੈ ਸੋ ਖਾਣਾ ਜਿਹੜਾ ਬਹੁਤ ਬਹੁਤ ਵੱਡਾ ਰੋਲ ਸਾਡੀ ਜ਼ਿੰਦਗੀ ਦੇ ਵਿੱਚ ਪਲੇਅ ਕਰਦਾ ਸਾਡੀ ਸ਼ਖਸੀਅਤ ਬਣਾਉਣ ਦੇ ਵਿੱਚ ਬਹੁਤ ਵੱਡਾ ਰੋਲ ਪਲੇਅ ਕਰਦਾ ਸਾਡਾ ਜਿਹੜਾ ਮਾਨਸਿਕ ਸਰੀਰਕ ਵਿਕਾਸ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਪਲੇਅ ਕਰਦਾ ਸੋ ਇਸ ਨੂੰ ਅਣਗੌਲਿਆ ਨਾ ਕਰੋ ਇਸ ਨੂੰ ਇਹ ਨਾ ਸਮਝੋ ਕਿ ਚਲੋ ਟਿੱਡੀ ਭਰਨਾ ਜੀ ਨਹੀਂ ਇਹ ਤੁਸੀਂ ਪਹਿਲੀ ਗੱਲ ਤਾਂ ਆਪਣੇ ਆਪ ਨੂੰ ਊਰਜਾ ਦੇ ਰਹੇ ਹੋ ਆਪਣੇ ਆਪ ਨੂੰ ਐਨਰਜੀ ਦੇ ਰਹੇ ਹੋ ਕਿਹੋ ਜਿਹੀ ਊਰਜਾ ਕਿਹੋ ਜਿਹੀ ਐਨਰਜੀ ਦੇਣੀ ਹੈ ਇਹ ਤੁਹਾਡਾ ਸੋਚਣਾ ਬਹੁਤ ਜ਼ਰੂਰੀ ਹੈ ਦੂਸਰੀ ਗੱਲ ਕਿ ਅੰਦਰ ਬੈਠਾ ਖਾ ਖਾਉਣ ਰਿਹਾ ਇਹ ਸੋਚਣਾ ਬਹੁਤ ਜ਼ਰੂਰੀ ਹੈ ਅਤੇ ਤੀਸਰੀ ਗੱਲ ਕਿ ਇਹ ਖਾ ਕੇ ਅਸੀਂ ਕੀ ਕਰਨਾ ਇਹ ਖਾ ਕੇ ਅਸੀਂ ਕੀ ਹਾਸਲ ਕਰਨਾ ਇਹ ਸੋਚਣਾ ਬਹੁਤ ਜ਼ਰੂਰੀ ਹੈ ਰਾਈਟ ਬਾਕੀ ਖਾਣ ਲਈ ਬਿਲਕੁਲ ਨਾ ਜਾਵੋ ਜਾਣ ਲਈ ਖਾਵੋ ਜਿੰਨਾ ਥੋੜ੍ਹਾ ਖਾਓਗੇ ਫਿਰ ਤੁਹਾਨੂੰ ਉਹ ਡਾਈਟਿੰਗ ਨਹੀਂ ਕਰਨੀ ਪਊਗੀ ਜਿਹੜਾ ਕਿ ਅੱਜ ਕੱਲ੍ਹ ਫੈਸ਼ਨ ਹੋ ਚੁੱਕਿਆ ਰਾਈਟ ਡਾਈਟਿੰਗ ਨਹੀਂ ਕਰਨੀ ਪਊਗੀ ਤਾਂ ਤੁਹਾਡੇ ਸਾਹਮਣੇ ਬੈਠਾ ਮੈਂ ਹਾਂ 60 ਕ੍ਰੋਸ ਕਰ ਚੁੱਕੇ ਹਾਂ ਲੇਕਿਨ ਪਹਿਲੀ ਗੱਲ ਤਾਂ ਖਾਣਾ ਬਹੁਤ ਥੋੜ੍ਹਾ ਦੂਸਰੀ ਗੱਲ ਕਿ ਵੈਜੀਟੇਰੀਅਨ ਖਾਣਾ ਔਰ ਤੀਸਰੀ ਗੱਲ ਕਿ ਥੋੜ੍ਹਾ ਖਾਣਾ ਰਾਈਟ ਸ਼ਾਮ ਦਾ ਖਾਣਾ ਰਾਤ ਦਾ ਜੇ ਡਿਨਰ ਕਹਿ ਲਓ ਕਿ ਉਹ 6-7 ਵਜੇ ਤੱਕ ਕਰ ਲਈਦਾ ਉਸ ਤੋਂ ਬਾਅਦ 10-10:30 ਬੈੱਡ 'ਤੇ ਜਾਣਾ ਅਤੇ 2-3 ਘੰਟਿਆਂ 'ਚੋਂ ਖਾਣਾ ਬਿਲਕੁਲ ਹਜ਼ਮ ਹੋ ਚੁੱਕਿਆ ਹੁੰਦਾ ਸਵੇਰੇ ਐਨ ਫਰੈਸ਼ ਹਲਕੇ ਉੱਠੀਦਾ ਜਿਹੜੇ ਲੋਕ ਕਹਿੰਦੇ ਆ ਕਿ ਸਾਡੇ ਕੋਲ ਸਵੇਰੇ ਉੱਠਿਆ ਨਹੀਂ ਜਾਂਦਾ ਉਹ ਖਾਣਾ ਹੀ ਬਹੁਤ ਲੇਟ ਖਾਂਦੇ ਆ ਉਹ ਖਾਣਾ ਹੀ ਰਾਤ ਦੇ 10-10:30 ਖਾਂਦੇ ਆ ਅਤੇ ਜਿਸ ਖਾਣ ਸਾਰੇ ਸਿੱਧੇ ਬੈੱਡ ਦੇ ਉੱਤੇ ਅਤੇ ਸਵੇਰ ਨੂੰ ਹਜ਼ਮ ਨਹੀਂ ਹੋਇਆ ਹੁੰਦਾ ਤਾਂ ਉੱਠਿਆ ਕਿੱਥੋਂ ਜਾਣਾ ਦੋਸਤ ਉੱਠਿਆ ਕਿੱਥੋਂ ਜਾਣਾ ਸੋ ਸਿਹਤ ਤੁਹਾਡੀ ਆ ਕਿਸੇ ਹੋਰ ਦੀ ਨਹੀਂ ਠੀਕ ਆ ਜਿਉਣਾ ਤੁਸੀਂ ਆ ਕਿਸੇ ਹੋਰ ਨਹੀਂ ਲਈ ਖੁਸ਼ੀ ਤੁਹਾਨੂੰ ਚਾਹੀਦੀ ਕਿਸੇ ਹੋਰ ਨੂੰ ਨਹੀਂ ਖੁਸ਼ਹਾਲੀ ਤੁਹਾਨੂੰ ਚਾਹੀਦੀ ਕਿਸੇ ਹੋਰ ਨੂੰ ਨਹੀਂ ਸਿਹਤ ਤੁਹਾਨੂੰ ਚਾਹੀਦੀ ਕਿਸੇ ਹੋਰ ਨੂੰ ਨਹੀਂ ਅਤੇ ਜੇ ਸਭ ਕੁਝ ਸਾਨੂੰ ਹੀ ਚਾਹੀਦਾ ਦੋਸਤੋ ਤਾਂ ਫਿਰ ਇਹਦੇ ਵਿੱਚ ਅਣਗਹਿਲੀ ਕਿਉਂ ਸਿਹਤ ਇਹਦੇ ਵਿੱਚ ਲਾਪਰਵਾਹੀ ਕਿਉਂ ਖਾਓ ਔਰ ਵਧੀਆ ਖਾਓ ਥੋੜ੍ਹਾ ਖਾਓ ਸਮੇਂ ਸਿਰ ਖਾਓ ਵੈਜੀਟੇਰੀਅਨ ਖਾਓ ਘਰ ਬਣਾ ਕੇ ਖਾਓ ਤਾਜ਼ਾ ਵੀ ਬਹੁਤ ਜ਼ਰੂਰੀ ਫਰੋਜ਼ਨ ਫੂਡ ਤਾਂ ਦਿਮਾਗ 'ਚੋਂ ਕੱਢ ਦਿਓ ਖਾਣਾ ਹੀ ਨਹੀਂ ਚਾਹੀਦਾ ਠੀਕ ਫਰਿੱਜ ਜਦੋਂ ਦਾ ਇਹ ਸਾਡੀ ਲਾਈਫ 'ਚ ਆਇਆ ਉਦੋਂ ਦੀਆਂ ਬਿਮਾਰੀਆਂ ਵੀ ਬਹੁਤ ਵਧੀਆ ਰਾਈਟ ਐਮਰਜੈਂਸੀ ਲਈ ਉਸਨੂੰ ਵਰਤਣਾ ਕੋਈ ਮਾੜੀ ਗੱਲ ਨਹੀਂ ਚਲੋ ਵਰਤ ਲਓ ਲੇਕਿਨ ਜੇ ਰੂਟੀਨ ਹੀ ਹੈ ਸਾਡਾ ਇਹੀ ਹੈ ਕਿ ਆਟਾ ਗੁੰਨਿਆ ਜੀ ਹਫ਼ਤਾ ਭਰ ਫਰਿੱਜ 'ਚ ਪਿਆ ਰਿਹਾ ਠੀਕ ਆ ਸਬਜ਼ੀ ਬਣਾਈ ਦੋ ਡੰਗ ਚੱਲ ਰਹੀ ਹੈ ਤਾਂ ਦੋ ਦਿਨ ਚੱਲ ਰਹੀ ਹੈ ਖਾਧੀ ਬਾਕੀ ਦੀ ਫਰਿੱਜ ਦੇ ਵਿੱਚ ਰੱਖਤੀ ਤਾਂ ਤੁਸੀਂ ਆਪਣੇ ਆਪ ਨੂੰ ਜ਼ਹਿਰ ਦੇ ਰਹੇ ਹੋ ਰਾਈਟ ਸਬਜ਼ੀ ਪਹਿਲੀ ਗੱਲ ਤਾਂ ਬਣਾਓ ਹੀ ਉਨੀ ਦਾਲ ਸਬਜ਼ੀ ਜੋ ਵੀ ਬਣਾਉਂਦੇ ਹੋ ਬਣਾਓ ਹੀ ਉਨੀ ਕਿ ਜਿਹੜੀ ਇੱਕ ਡੰਗ ਖਾ ਕੇ ਖਤਮ ਹੋ ਜਾਵੇ ਰਾਈਟ ਔਰ ਦੂਸਰੀ ਗੱਲ ਇੱਕ ਚੀਜ਼ ਦਿਮਾਗ 'ਚ ਬਿਠਾ ਲਓ ਕਿ ਸਬਜ਼ੀ ਬਣਨ ਸਾਰ ਠੰਡੀ ਹੋਣ ਤੋਂ ਪਹਿਲਾਂ ਖਾਣੀ ਹੈ ਦੁਬਾਰਾ ਗਰਮ ਕਰਕੇ ਨਾ ਖਾਣੀ ਪਵੇ ਜਦੋਂ ਆਪਾਂ ਦੁਬਾਰਾ ਗਰਮ ਕਰਦੇ ਹਾਂ ਤਾਂ ਉਸਦੀ ਤਾਸੀਰ ਉਸਦੇ ਜਿਹੜੇ ਗੁਣ ਉਹ ਬਦਲ ਜਾਂਦੇ ਆ ਉਹਦੇ 'ਚ ਕਈ ਤਰ੍ਹਾਂ ਦਾ ਬੈਕਟੀਰੀਆ ਪੈਦਾ ਹੋ ਜਾਂਦਾ ਸੋ ਤਾਜ਼ੀ ਸਬਜ਼ੀ ਬਣਨ ਸਾਰ 10-15 ਮਿੰਟ ਦੇ ਵਿੱਚ ਖਾਧੀ ਜਾਵੇ ਰਾਈਟ ਫਿਰ ਦੇਖੋ ਕਿ ਡਾਕਟਰ ਵਿਚਾਰੇ ਮੱਖੀਆਂ ਮਾਰਨਗੇ ਬੈਠ ਕੇ ਡਾਕਟਰ ਦੇ ਕੋਲ ਜਾਣਾ ਹੀ ਨਹੀਂ ਪਊਗਾ ਦੋਸਤੋ ਡਾਕਟਰ ਦੇ ਕੋਲ ਜਾਣਾ ਹੀ ਨਹੀਂ ਪਊਗਾ ਸੋ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਸਹੀ ਢੰਗ ਨਾਲ ਫੀਡ ਕਰੋ ਸਹੀ ਢੰਗ ਨਾਲ ਖਾਣਾ ਖਾਓ ਖਾਣਾ ਕੀ ਕਿਵੇਂ ਖਾਣਾ ਅਤੇ ਬਣਾਉਣਾ ਕਿਵੇਂ ਹੈ ਇਹ ਤਿੰਨੇ ਗੱਲਾਂ ਆਪਾਂ ਸ਼ਾਰਟਕੱਟ ਦੇ ਵਿੱਚ ਡਿਸਕਸ ਕੀਤੀਆਂ ਅਤੇ ਜੇ ਤੁਸੀਂ ਮਤਲਬ ਇਸ ਨੂੰ ਹੋਰ ਡਿਟੇਲ ਦੇ ਵਿੱਚ ਜਾਣਨਾ ਚਾਹੁੰਦੇ ਹੋ ਕਿ ਇਹਨਾਂ ਦਾ ਕੀ ਸਾਡੇ ਮਨੋਬਲ 'ਤੇ ਅਸਰ ਹੈ ਕੀ ਸਾਡੇ ਸਰੀਰ 'ਤੇ ਅਸਰ ਹੈ ਖਾਣੇ ਦਾ ਔਰ ਖਾਣੇ ਦਾ ਕੀ ਮਹੱਤਵ ਹੈ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਫਿਰ ਕੈਨੇਡੀਅਨ ਫਿਜ਼ੀਕਲੀ ਔਰ ਮੈਂਟਲੀ ਫਰੈਸ਼ਨੈਸ ਸੈਂਟਰ ਵੱਲੋਂ ਇੱਕ ਵਰਕਸ਼ਾਪ ਕਰਵਾਈ ਜਾਂਦੀ ਹੈ ਹੁਣ 12ਵੀਂ ਵਰਕਸ਼ਾਪ ਜਿਹੜੀ ਹੈ 12th ਵਰਕਸ਼ਾਪ ਉਹ 25 ਸਪਟੰਬਰ 25th ਸਪਟੰਬਰ ਨੂੰ ਸ਼ੁਰੂ ਹੋ ਰਹੀ ਹੈ 7 ਦਿਨ ਦੀ ਇਹ ਵਰਕਸ਼ਾਪ ਦੋਸਤੋ
25th सितंबर में शुरू होगी, अक्टूबर 1st को खत्म होगी। समा सिर्फ 2 घंटे रोज, और ए सवेर दी वर्कशॉप है, 2 वर्कशॉप होंदियां, एक सवेर दी, एक इवनिंग दी। इवनिंग दी हो चुकी है, हुन सवेर दी होनी है, तो उस तो बाद फिर इवनिंग दी होगी। सो सवेर दी वर्कशॉप का समा है दोस्तों सवेरे 4 बजे तो लेके 6 बजे तक। हाँ, मुँह खुले का खुला रह जा जी हाँ, यही है वो समा जिहड़ा दोस्तों अपने आप नूं आपां नूं देना चाहिए और दे सकते भी हाँ। इत्थे कोई अपने काम का नुकसान नहीं होना, कोई अपने रिश्तों में गड़बड़ नहीं होनी, कोई अपना बहुत जरूरी काम नहीं रुक जाना, ठीक है। सिर्फ 2 घंटे की नींद अपनी आपां नूं एडजस्ट करनी, खराब भी नहीं करनी पैनी, एडजस्ट करनी पेगी। थोड़े दिन पहला सौ जो तो पहला उठ खड़े हो। और वड्डी गल दोस्तों कि इस वर्कशॉप के 7 टॉपिक होंगे, 17 दिनों के। सब तो पहला टॉपिक मॉर्निंग की की इंपोर्टेंस है साड़ी जिंदगी दे विच, फिर है कि एक्सरसाइज से योग अज की लाइफ में क्यों जरूरी है, फिर है खाने की गल किवें खाना, की खाना किवें बनाना, राइट, इसकी गल। फिर हैगी रिश्तों की गल कि सब तो उन्होंने लड़ीवार इंपोर्टेंस आप किवें देनी है, सब तो पहला किहड़ा रिश्ता, सैकंड नंबर ते किहड़ा, तीसरे ते किहड़ा। ते दावा है इस वर्कशॉप का कि जिहड़ा घर टुट रहा उसनों इस वर्कशॉप च लै आयो, तुहाडा घर टुटूगा नहीं, अस गरंटी दिंदे आ उस दी, राइट। सो उस दी गल। फिर हैगी है बच्चों ते मापिआं दे विच वध रहा गैप, वह किवें दूर जा रहे हैं, उन्होंने नेड़े किवें अपने लिआउणा, बच्चे की ने, माँ बाप की ने, ये रिश्ते की की अहमियत है, की होना चाहिए, राइट। ये साडा सरमाया ने या सिर्फ परमात्मा ने सानू साडे शरीर वरत के एक नवा शरीर पैदा किया एक नवी आत्मा दे लई, बच्चे की ने, पेरेंट्स की ने, इहदी गलबात हुंदी है। फिर हैगी एक ईगो हंकार नूं किवें खत्म करना जिहड़ा कि साडा सब तो वड्डा दुश्मन है, उसकी गल हुंदी है। फिर है कि अपने आप नूं समां किवें देना, उसकी गल हुंदी है। फिर है कि प्रेजेंट दे विच किवें रहना, क्योंकि असीं प्रेजेंट विच कदे हुंदे ही नहीं दोस्तों, असीं जां तां पास्ट विच हुंदे हां जां फिर फ्यूचर दे विच हुंदे हां। पास्ट दे विच रहना स्ट्रेस डिप्रेशन, और फ्यूचर दे विच रहना टेंशन चिंता चिखा समान। सो प्रेजेंट दे विच रहना ही उसकी भगती, प्रेजेंट दे विच रहना ही उसकी तपस्या, प्रेजेंट दे विच रहना ही उसकी कृपा का पात्र बनना, प्रेजेंट दे विच रहना ही उसका शुकराना, राइट। वो कहिंदे कि परमात्मा तो आउंदे आ तुहाडा डोर भी खड़काउंदे आ, पर आपां घर ही नहीं हुंदे, जां आपां पास्ट दे विच फिरदे हुंदे आ, जां आपां फ्यूचर विच फिरदे हुंदे आ। सो उसकी कृपा का पात्र जे बनना तो प्रेजेंट दे विच रहना बहुत जरूरी है। इहो जे 7 टॉपिक जिहड़े कि जिंदगी दी तुहाडा सेध जिंदगी का रस्ता ही बदल के रख देणगे, तुहानूं जीवन ऐ लगेगा भी ये तक उत्सव है, इसनों सैलीब्रेट करिए, इस हर पल नूं सैलीब्रेट करिए। और दूसरी गल दोस्तों वड्डी इस वर्कशॉप की कि इस वर्कशॉप की कोई फीस नहीं, बिल्कुल फ्री है, राइट। और इस तो भी वड्डी गल कि इस वर्कशॉप का किसी धर्म ना कोई लिंक नहीं, धर्म की गल ही नहीं होंगी, जातपात की गल ही नहीं होंगी, कोई आप गुरु नहीं मनना, किसी आप बीज मंत्र नहीं लैना, नाम मंत्र नहीं लैना, सिर्फ शरीर की गल तो खुशहाल तो सेहतमंद जिंदगी जाने की गल इस वर्कशॉप होंगी है। सो जरूर इस वर्कशॉप का हिस्सा बनो, जगह बड़ी छोटी है, सिर्फ 25 सीटा ने, बड़ी छेती भर जाती हैं। सो तुसी रजिस्टर होने लई फोन कर सकते हो, 2 नंबर ने, पहला है 7789901590, 7789905190, और दूसरा नंबर है 7789548087, 7789548087 तो फोन करके तुसी अपना स्पॉट रजिस्टर करवा लो जल्दी तो जल्दी। सो इस नाल ही सो दोस्तों समा हो गया आप तो इजाजत लैण दा, कल नूं फिर एक नवी सजी सवेर दे विच तुहाडे नाल सांझ पावांगे। तद तक लई खुश रहो, आबाद रहो, जिंदाबाद रहो, क्योंकि डोंदे चेरी ना कदे विके ते ना कदे विकणे आ, ते हसदिआं दे ही प्रौणे, हसदिआं दा ही सब कुछ, हसना ही उसकी इबादत, हसना ही उसकी भगती, हसना ही उसकी शुकराना, हसना ही उसकी कृपा का पात्र बनना। खुश रहा कर, जांदा होया तुहानूं एक गीत दे नाल छड के जा रहा, गीत 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 है जी कुलदीप माणक दा चादर। खुश रहो।